ਹੈਲੋ ਗਾਇਜ਼ ਵੈਲਕਮ ਟੂ ਕਰੀਅਰ ਐਜ ਹਾਂ ਬੱਜੇ ਬੱਚਾ ਜੇ ਅਪ ਪੜਾਂਗੇ ਪ੍ਰਾਈਮ ਮਿਨਿਸਟਰ ਬਾਰੇ ਠੀਕ ਹੈ ਪ੍ਰਾਈਮ ਮਿਨਿਸਟਰ ਤੇ ਚੀਫ ਮਿਨਿਸਟਰ ਦੋਨੋਂ ਹੀ ਪੜਾਂਗੇ ਬਿਲਕੁਲ ਸਿਮਿਲਰ ਪ੍ਰੋਵੀਜ਼ਨ ਹੈ ਜੀ ਤੁਹਾਨੂੰ ਪਤਾ ਲੱਗੇਗਾ ਜਿਹੜਾ ਆਪਾਂ ਪੈਟਰਨ ਬਣਾਇਆ ਹੈ ਵੀ ਪਹਿਲਾਂ ਪ੍ਰੈਜ਼ੀਡੈਂਟ ਫਿਰ ਗਵਰਨਰ ਫਿਰ ਪਹਿਲਾਂ ਪੀਐਮ ਫਿਰ ਸੀਐਮ ਹਣਾ ਤੁਹਾਨੂੰ ਪਤਾ ਲੱਗੇਗਾ ਵੀ ਕਿਉਂ ਬਣਾਇਆਗਾ ਬਿਲਕੁਲ ਸੇਮ ਸੇਮ ਪ੍ਰੋਵੀਜ਼ਨ ਨੇ ਯਾਦ ਕਰਨਾ ਬੜਾ ਸੌਖਾ ਹੋ ਜਾਏਗਾ ਠੀਕ ਹੈ ਸੈਸ਼ਨ 4th ਹੈ ਪ੍ਰਾਈਮ ਮਿਨਿਸਟਰ ਇਹ ਤੋਂ ਪਹਿਲਾਂ ਰਾਜੀ ਜੋ ਥੋੜਾ ਪੜਿਆ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਹੈ ਹਾਂ ਇੰਟਰੋਡਕਸ਼ਨ ਪੜਾਂਗੇ ਰਾਜੇ ਪਹਿਲਾਂ ਤਾਂ ਦੇਖੋ ਪ੍ਰੈਜ਼ੀਡੈਂਟ ਆਪਣੇ ਕੀਤਾ ਸੀ ਰਾਜੇ ਪ੍ਰੈਜ਼ੀਡੈਂਟ ਜਿਹੜਾ ਕੀਤਾ ਸੀ ਆਪਾਂ ਨੇ ਉਹ ਇੱਕ ਨੋਮੀਨਲ ਐਗਜ਼ੀਕਟਿਵ ਹੈਗਾ ਠੀਕ ਹੈ ਜਾਨੀ ਕਿ ਸਿਰਫ ਨਾਮ-ਨਾਮ ਦਾ ਨੋਮੀਨਲ ਮਤਲਬ ਨਾਮ-ਨਾਮ ਦਾ ਕਿਉਂਕਿ ਇਹਨਾਂ ਦੇ ਸਿਰਫ ਸਾਈਨ ਚੱਲਦੇ ਨੇ ਕਿਸ ਦੇ ਰਾਸ਼ਟਰਪਤੀ ਦੇ ਠੀਕ ਹੈ ਐਕਚੁਅਲ ਦੇ ਵਿੱਚ ਕੌਣ ਕੰਮ ਕਰਦਾ ਹੁੰਦਾ ਬੱਚੇ ਉਹ ਪ੍ਰਾਈਮ ਮਿਨਿਸਟਰ ਕਰਦਾ ਹੁੰਦਾ ਤਾਂ ਰੀਅਲ ਐਗਜ਼ੀਕਟਿਵ ਯਾ ਰੀਅਲ ਐਗਜ਼ੀਕਟਿਵ ਤਾਂ ਸਾਡਾ ਪੀਐਮ ਹੀ ਹੈਗਾ ਠੀਕ ਹੈ ਇਹਨਾਂ ਵਾਸਤੇ ਦੋ ਵਰਡ ਯੂਜ਼ ਹੁੰਦੇ ਨੇ ਜਿਹੜਾ ਨੋਮੀਨਲ ਹੈ ਨਾਮ-ਨਾਮ ਦਾ ਉਹਦੇ ਵਾਸਤੇ ਵਰਡ ਯ ਫੈਕਚੁਅਲ ਉਹਦੇ ਬਸਟ ਵਰਡ ਹੀ ਹੁੰਦਾ ਡੀ ਫੈਕਟੋ ਫੈਕਟੋ ਮਤਲਬ ਫੈਕਚੁਅਲ ਤੋਂ ਆਪਾਂ ਯਾਦ ਰੱਖ ਸਕਦੇ ਹਾਂ ਠੀਕ ਹੈ ਤਾਂ ਅਸਲ ਦੇ ਵਿੱਚ ਫੈਕਚੁਅਲ ਰੀਅਲ ਦੇ ਵਿੱਚ ਜਿਹੜੀ ਐਗਜ਼ੀਕਿਟਿਵ ਹੋ ਤਾਂ ਪ੍ਰਾਈਮ ਮਿਨਿਸਟਰ ਹੀ ਹੈਗਾ ਸਾਰਾ ਕੰਮ ਪ੍ਰਾਈਮ ਮਿਨਿਸਟਰ ਨੇ ਕਰਨਾ ਹੈ ਬਸ ਨਾਮ ਜਿਹੜੇ ਸਿਗਨੇਚਰ ਚੱਲਣਗੇ ਉਹ ਰਾਸ਼ਟਰਪਤੀ ਦੇ ਚੱਲਣਗੇ ਠੀਕ ਹੈ ਇਹ ਆਪਾਂ ਕਵਾਂਗੇ ਕੰਮ ਦਾ ਪ੍ਰਗੀਦਾ ਹੋਊਗਾ ਪ੍ਰਾਈਮ ਮਿਨਿਸਟਰ ਦਾ ਹੀ ਹੋਊਗਾ ਆਬਵੀਅਸਲੀ ਇੱਕ ਚੀਜ਼ ਹੋਰ ਪ੍ਰੈਜ਼ੀਡੈਂਟ ਵਾਸਤੇ ਆਪਾਂ ਵਰਡ ਯੂਜ਼ ਕੀਤਾ ਸੀ ਜਦੋਂ ਆਪਾਂ ਨੇ ਚੈਪਟਰ ਪੜ੍ਹਿਆ ਸੀ ਪ੍ਰੈਜ਼ੀਡੈਂਟ ਵਾਲਾ ਹੈੱਡ ਆਫ ਦਾ ਸਟੇਟ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਸਾਡੇ ਹੈੱਡ ਆਫ ਦਾ ਸਟੇਟ ਨੇ ਬੱਚੇ ਧਿਆਨ ਦੇਣਾ ਕੋਈ ਸਟੇਟ ਇਹ ਰਾਜ ਦੀ ਗੱਲ ਨਹੀਂ ਹੋ ਰਹੀ ਵੀ ਪੰਜਾਬ ਹਰਿਆਣਾ ਦੀ ਗੱਲ ਨਹੀਂ ਹੋ ਰਹੀ ਅਸੀਂ ਇੰਡੀਆ ਨੂੰ ਐਜ਼ ਅ ਸਟੇਟ ਵੀ ਕਹਿ ਦਿੰਦੇ ਹੁੰਦੇ ਆ ਠੀਕ ਹੈ ਸਟੇਟ ਇੱਕ ਪੋਲੀਟੀਕਲ ਵਰਡ ਹੈ ਜਦੋਂ ਆਪਾਂ ਕਿਸੇ ਵੀ ਦੇਸ਼ ਨੂੰ ਪੋਲੀਟੀਕਲੀ ਮੈਂਸ਼ਨ ਕਰਦੇ ਆ ਆਪਾਂ ਤਾਂ ਕਹਿੰਦੇ ਨੇ ਇੰਡੀਅਨ ਸਟੇਟ ਹੈ ਠੀਕ ਠੀਕ ਹੈ ਇੰਡੀਅਨ ਸਟੇਟ ਅਪ ਕਹਿ ਸਕਦੇ ਹੁੰਦੇ ਨੇ ਜਦੋਂ ਆਪਾਂ ਪੋਲੀਟੀਕਲੀ ਕਿਸੇ ਦੇਸ਼ ਦੀ ਗੱਲ ਕਰ ਰਹੇ ਹੁੰਦੇ ਆ ਠੀਕ ਹੈ ਤਾਂ ਪ੍ਰੈਜ਼ੀਡੈਂਟ ਆਪਣਾ ਜਿਹੜਾ ਹੈਡ ਆਫ ਦਾ ਸਟੇਟ ਹੈਗਾ ਪੀਐਮ ਜਿਹੜਾ ਹੈਗਾ ਜਿਹੜਾ ਕੀ ਹੁੰਦਾ ਆਪਣਾ ਟਾਪਿਕ ਹੈ ਪੀਐਮ ਇਜ਼ ਹੈਡ ਆਫ ਗਵਰਨਮੈਂਟ ਹੈਗਾ ਠੀਕ ਹੈ ਜੀ ਅ ਤੋ ਪੀਐਮ ਮੋਦੀ ਜਿਹੜੇ ਹੈਗੇ ਨੇ राजे ਐਟ ਪ੍ਰੈਜ਼ੈਂਟ 14ਵੇਂ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ ਠੀਕ ਹੈ ਹੋਰ ਵੀ ਦੇਖ ਲੈਣਾ ਨੰਬਰ ਕਿਵੇਂ ਕਿਵੇਂ ਨੇ ਜਿਹੜੀ ਪ੍ਰੈਜ਼ੀਡੈਂਟ ਲੋਕ ਸਭਾ ਹੈਗੀ ਹੈ ਰਾਜੇ ਚੱਲ ਰਹੀ ਹੈ 2019 ਤੋਂ 24 ਤੱਕ ਇਹ 17ਵੀਂ ਲੋਕ ਸਭਾ ਹੈ ਰਾਜੇ ਧਿਆਨ ਦੇਣਾ ਇਸ ਚੀਜ਼ ਤੇ ਠੀਕ ਹੈ ਪ੍ਰਧਾਨ ਮੰਤਰੀ 14ਵੇਂ ਨੇ ਲੋਕ ਸਭਾ 17ਵੀਂ ਹੈ ਉਸੇ ਤਰ੍ਹਾਂ ਰਾਜ ਜੋ ਬਾਈਡਨ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਟਾਈਮ ਤੇ ਹੈਗੇ ਨੇ ਉਹ 46 ਪ੍ਰੈਜ਼ੀਡੈਂਟ ਨੇ ਠੀਕ ਹੈ ਇਹ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਆਣ ਦੇ ਕਾਫੀ ਚਾਂਸਸ ਨੇ ਠੀਕ ਹੈ ਕੋਈ ਵੀ ਰੈਂਕਿੰਗ ਪੁੱਛੀ ਜਾ ਸਕਦੀ ਹੈ ਚਲੋ ਅਪੁਆਇੰਟਮੈਂਟ ਬੱਚੀ ਆਰਟੀਕਲ 75 ਕੀ ਕਹਿੰਦਾ ਹੈ ਕਿ ਪ੍ਰੈਜ਼ੀਡੈਂਟ ਜਿਹੜਾ ਉਹ ਅਪੁਆਇੰਟ ਪ੍ਰੈਜ਼ੀਡੈਂਟ ਕੀ ਬਲਕਿ ਸਾਰੇ ਸਾਰੇ ਜਿਹੜੇ ਮੰਤਰੀ ਨੇ ਮੰਤਰੀ ਮੰਡਲ ਸਾਰਾ ਹੀ ਪ੍ਰੈਜ਼ੀਡੈਂਟ ਦੁਆਰਾ ਅਪਾਇੰਟ ਹੁੰਦਾ ਹੈ ਨੈਕਸਟ ਆਪਣਾ ਟੋਪਿਕ ਰਜੇ ਮੰਤਰੀ ਮੰਡਲ ਹੀ ਹੋਊਗਾ ਕਾਉਂਸਲ ਆਫ ਮਿਨਿਸਟਰਸ ਠੀਕ ਹੈ ਨੈਕਸਟ ਜਿਹੜਾ ਸੈਸ਼ਨ ਹੋਏਗਾ ਹੋਰ ਕੀ ਰਜੇ ਲੀਡਰ ਆਫ ਕਿਉਂਕਿ ਕਿਹਨੂੰ ਅਪਾਇੰਟ ਕੀਤਾ ਜਾਊਗਾ ਆਪਾਂ ਨੂੰ ਕਹਿ ਲਿਆ ਵੀ ਪ੍ਰੈਜ਼ੀਡੈਂਟ ਅਪਾਇੰਟ ਕਰ ਦੇਣ ਸਮਝ ਲਿਆ ਆਪਾਂ ਨੂੰ ਠੀਕ ਹੈ ਬਟ ਪ੍ਰੈਜ਼ੀਡੈਂਟ ਆਬਵੀਅਸਲੀ ਮਤਲਬ ਕੁਝ ਸੋਚ ਕੇ ਹੀ ਅਪਾਇੰਟ ਕਰਨਗੇ ਨਾ ਤਾਂ ਹੁਣ ਜਿਵੇਂ ਲੋਕ ਸਭਾ ਦੇ ਚੋਣਾਂ ਹੁੰਦੀਆਂ ਨੇਗੀਆਂ ਠੀਕ ਹੈ ਲੋਕ ਸਭਾ ਹੈਗੀ ਹੈ ਇੱਥੇ ਸਾਰੇ ਐਮਪੀਜ਼ ਬੈਠੇ ਨੇ ਤਾਂ ਆਬਵੀਅਸਲੀ ਗੱਲ ਹੈ ਵੀ ਜਿਹੜੀ ਪਾਰਟੀ ਕੋਲ ਸਭ ਤੋਂ ਜ਼ਿਆਦਾ ਮੈਜੋਰਿਟੀ ਹੋਏਗੀ ਉਸੇ ਦੇ ਪਾਰਟੀ ਦੇ ਲੀਡਰ ਨੂੰ ਕੀ ਜਿਹੜਾ ਕੀ ਹੈ ਰਾਸ਼ਟਰਪਤੀ ਪੀਐਮ ਵਾਸਤੇ ਬੁਲਾਉਣਗੇ ਠੀਕ ਹੈ ਅਪੁਆਇੰਟਮੈਂਟ ਕਰਨਗੇ ਠੀਕ ਹੈ ਤਾਂ ਲੀਡਰ ਆਫ ਮੈਜੋਰਿਟੀ ਪਾਰਟੀ ਇਨ ਲੋਕ ਸਭਾ ਧਿਆਨ ਦੇਣਾ ਲੋਕ ਸਭਾ ਕਿਤੇ ਰਾਜ ਸਭਾ ਕਰ ਦਿਓ ਤੁਸੀਂ ਨਹੀਂ ਰਾਜ ਸਭਾ ਨਹੀਂ ਲੋਕ ਸਭਾ ਦੇ ਵਿੱਚ ਜਿਹਦੀ ਮੈਜੋਰਿਟੀ ਹੋਈ ਆਬਵੀਅਸ ਠੀਕ ਹੈ ਉਸੇ ਪਾਰਟੀ ਦਾ ਲੀਡਰ ਪੀਐਮ ਬਣਨ ਦੇ ਲਾਇਕ ਹੋਊਗਾ ਠੀਕ ਹੈ ਜੀ ਤਾਂ ਪ੍ਰੈਜ਼ੀਡੈਂਟ ਉਸੇ ਬੰਦੇ ਨੂੰ ਬੁਲਾਣਗੇ ਉਹ ਤਰ੍ਹਾਂ ਜੇ ਅਗੇਨ ਓਤ ਵੀ ਜਿਹੜ ਟਰਮ ਦੀ ਗੱਲ ਕਰੀਏ ਰਾਜੀ ਆਪਾਂ ਪ੍ਰੈਜ਼ੀਡੈਂਟ ਦੀ ਟਰਮ ਦੀ ਗੱਲ ਕਰਦੇ ਸੀ ਗਵਰਨਰ ਦੀ ਟਰਮ ਦੀ ਗੱਲ ਕਰਦੇ ਸੀ ਵੀਪੀ ਦੀ ਟਰਮ ਦੀ ਗੱਲ ਕਰਦੇ ਸੀ ਠੀਕ ਹੈ ਤਾਂ ਰਾਜੀ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਟਰਮ ਤਾਂ ਫਿਕਸ ਹੁੰਦੀ ਹੈ 5 ਸਾਲ ਦੀ ਠੀਕ ਹੈ ਗਵਰਨਰ ਦੀ ਟਰਮ ਵੀ ਫਿਕਸ ਨਹੀਂ ਹੁੰਦੀ ਠੀਕ ਹੈ ਨਾ ਹੀ ਪ੍ਰੈਜ਼ੀਡੈਂਟ ਪੀਐਮ ਦੀ ਟਰਮ ਫਿਕਸ ਹੈਗੀ ਠੀਕ ਹੈ ਤਾਂ ਪੀਐਮ ਦੀ ਟਰਮ ਰਾਜੀ ਫਿਕਸ ਨਹੀਂ ਹੈਗੀ ਪਹਿਲੀ ਗੱਲ ਤਾਂ ਠੀਕ ਹੈ ਆਪਾਂ ਜਨਰਲ ਆਪਾਂ ਮੰਨਦੇ ਹੁੰਨੇ ਆ ਕਿ ਜਿਹੜੀ ਲੋਕ ਸਭਾ ਦੀ ਟਰਮ ਹੈ ਉਹ 5 ਸਾਲ ਦੀ ਆਪਾਂ ਜਨਰਲਲੀ ਮੰਨ ਕੇ ਚੱਲਦੇ ਆ ਠੀਕ ਹੈ ਇਵਨ ਕਿ ਜਿਹੜੀ ਆਪਾਂ ਹੁਣ 2019 ਦੀ ਗੱਲ ਕਰਦੇ ਆ ਤਾਂ ਆਪਾਂ ਨੇ ਕਿਹਾ ਵੀ 2024 ਦੇ ਵਿੱਚ ਤੱਕ ਰਹੇ ਰਊਗੇ ਲੋਕ ਸਭਾ ਠੀਕ ਹੈ ਤਾਂ ਲੋਕ ਇਨ ਜਨਰਲ ਤਰ੍ਹਾਂ ਜੇ ਨਾਰਮਲ ਜੇਕਰ ਸਭ ਕੁਝ ਠੀਕ ਰਹਿੰਦਾ ਹੈ ਫਿਰ ਤਾਂ 2024 ਤੱਕ ਹੀ ਪ੍ਰਧਾਨ ਮੰਤਰੀ ਮੋਦੀ ਰਹਿਣਗੇ ਠੀਕ ਹੈ ਬਟ ਜੇ ਕੁਝ ਵੀ ਹੋ ਸਕਦਾ ਇਨ ਬਿਟਵੀਨ ਠੀਕ ਹੈ ਹੁਣ ਤਾਂ ਖੈਰ ਇਹਨਾਂ ਕੋਲੇ ਮੈਜੋਰਿਟੀ ਹੀ ਨਹੀਂ ਆ ਬੀਜੇਪੀ ਕੋਲੇ ਠੀਕ ਹੈ 303 ਨੰਬਰ ਤਾਂ ਆਪਦੇ ਹੀ ਨੇਗੇ ਤਾਂ ਬਹੁਤ ਮਤਲਬ ਬਿਲਕੁਲ ਥਿੰਨ ਪੋਸਿਬਿਲਿਟੀ ਵੀ ਨਹੀਂ ਹੈਗੀ ਵੀ ਕਿਤੇ ਪ੍ਰਧਾਨ ਮੰਤਰੀ ਵਿੱਚ ਛੱਡ ਕੇ ਚਲੇ ਜਾਣ ਠੀਕ ਹੈ ਜਾਂ ਮਤਲਬ ਗਿਰਜੇ ਸਰਕਾਰ ਉਹ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਆ ਜਿਵੇਂ ਆਪਣੇ ਅਡਲ ਵਾਰੀ ਬਾਜਪਾਈ ਸੀ ਉਹ ਸਾਭ ਸੀਗੀ ਠੀਕ ਹੈ ਜਦੋਂ 90s ਦੇ ਵਿੱਚ ਸਿਰਫ 13 ਦਿਨ ਦੀ ਸਰਕਾਰ ਰਹੀ ਸੀਗੀ ਠੀਕ ਹੈ ਉਹ ਇਸੇ ਕਾਰਨ ਸੀਗਾ ਕਿ ਉਹਨਾਂ ਕੋਲੇ ਮੈਜੋਰਿਟੀ ਨਹੀਂ ਸੀਗੀ ਠੀਕ ਹੈ ਤਾਂ ਉਹਨਾਂ ਕੋਲੇ ਮੈਜੋਰਿਟੀ ਨਹੀਂ ਮਿਲੀ ਤਾਂ ਇਸ ਕਰਕੇ ਟਰਮ ਕੋਈ ਫਿਕਸ ਨਹੀਂ ਹੈਗੀ 13 ਦਿਨ ਦੀ ਵੀ ਰਹੀ ਸੀ 13 ਮਹੀਨਿਆਂ ਦੀ ਵੀ ਰਹੀ ਸੀ ਉਦੋਂ ਪਹਿਲਾਂ ਵੀ ਰਾਜ ਚਰਨ ਸਿੰਘ ਵਰਗੇ ਵੀ ਪੀ ਸਿੰਘ ਵਰਗੇ ਜਿਹੜੇ ਇਹ ਜਿਹੇ ਆਪਣੇ ਕੋਲ ਪ੍ਰਧਾਨ ਮੰਤਰੀ ਰਹੇ ਨੇ ਜਿਹੜੇ 1 ਸਾਲ ਵੀ ਨਹੀਂ ਪੂਰਾ ਕਰਨੀ ਪਾਏ ਹੈਗੇ ਠੀਕ ਹੈ ਤਾਂ ਟਰਮ ਕਹਿੰਦਾ ਮਤਲਬ ਫਿਕਸ ਨਹੀਂ ਹੈਗੀ ਇਹ ਸਮਝਾਣਾ ਚਾਹ ਰਿਹਾ ਮੈਂ ਤੇ ਜਿਹੜੀ ਟਰਮ ਯੂਜ਼ ਹੁੰਦੀ ਹੈ ਉਹਦੇ ਵਾਸਤੇ ਜਿਹੜੀ ਮਤਲਬ ਫਰੇਜ਼ ਯੂਜ਼ ਹੁੰਦਾ ਉਹ ਹੁੰਦਾ ਪਲੇਜ਼ਰ ਆਫ ਅ ਪ੍ਰੈਜ਼ੀਡੈਂਟ ਠੀਕ ਹੈ ਕਿ ਪ੍ਰੈਜ਼ੀਡੈਂਟ ਦੇ ਪਲੇਜ਼ਰ ਦੇ ਵਿੱਚ ਆਪਣੀ ਟਰਮ ਪੂਰੀ ਕਰਦਾ ਹੈ ਪ੍ਰੈਜ਼ੀਡੈਂਟ ਜਦੋਂ ਵੀ ਇਹਨੂੰ ਚਾਹੇ ਰਿਮੂਵ ਕਰ ਸਕਦਾ ਠੀਕ ਹੈ ਮਤਲਬ ਕਿਤਾਬਾਂ ਦੇ ਵਿੱਚ ਆਬਵੀਅਸਲੀ ਅਦਰਵਾਈਜ਼ ਤਾਂ ਉਦੋਂ ਰਿਮੂਵ ਕਰੂਗਾ ਜਦੋਂ ਜਦੋਂ ਪੀਐਮ ਮੈਜੋਰਿਟੀ ਜਦੋਂ ਲੂਜ਼ ਹੋ ਗਈ ਪੀਐਮ ਦੀ ਤਾਂ ਉੱਪਰ ਜਿਹੜੇ ਰਾਸ਼ਟਰਪਤੀ ਨੇ ਉਹ ਪੀਐਮ ਨੂੰ ਹਟਾ ਦਾਨਗੇ ਠੀਕ ਹੈ ਵੀ ਤੁਸੀਂ ਹੁਣ ਇੱਥੇ ਨਹੀਂ ਬੈਠ ਸਕਦੇ ਠੀਕ ਹੈ ਬਟ ਐਸ ਲੋング ਐਸ ਪੀਐਮ ਦੀ ਜਿਹੜੀ ਪਾਰਟੀ ਹੈਗੀ ਹੈ ਉਹ ਮੈਜੋਰਿਟੀ ਸਪੋਰਟ ਲੈ ਰਹੀ ਹੈ ਲੋਕ ਸਭਾ ਦੇ ਵਿੱਚ ਉਹਨਾਂ ਕੋਲੇ 272 ਤੋਂ ਨੰਬਰ ਜ਼ਿਆਦਾ ਹੈਗੇ ਨੇ 50% ਤੋਂ ਨੰਬਰ ਜ਼ਿਆਦਾ ਹੈਗੇ ਨੇ ਲੋਕ ਸਭਾ ਦੇ ਵਿੱਚ ਉਦੋਂ ਤੱਕ ਉਸ ਪਾਰਟੀ ਦੇ ਲੀਡਰ ਨੂੰ ਪ੍ਰਧਾਨ ਮੰਤਰੀ ਤੋਂ ਪਦ ਤੋਂ ਨਹੀਂ ਹਟਾਇਆ ਜਾ ਸਕਦਾ ਠੀਕ ਹੈ ਜੀ ਤਾਂ ਹੀ ਪੀਐਮ ਰਹੇਗਾ ਬਟ ਸਟਿਲ ਐਮ ਜੀ ਕਯੂ ਵਾਸਤੇ ਪਿਆਰ ਰੱਖਣਾ ਹੈ ਕਿ ਪੀਐਮ ਦੀ ਟਰਮ ਫਿਕਸ ਨਹੀਂ ਹੈਗੀ ਬੱਚੀ ਠੀਕ ਹੈ ਯਾਦਗੀ ਮੇ ਰੱਖਾਂਗੇ ਕਿਉਂਕਿ ਬਹੁਤ ਸਾਰੇ ਪੀਐਮ ਨੇ ਜਿਹੜੇ ਕਿ ਕੁਝ-ਕੁਝ ਦਿਨਾਂ ਦੇ ਵਿੱਚ ਹੀ ਕੁਝ ਮਹੀਨਿਆਂ ਦੇ ਵਿੱਚ ਹੀ ਜਿਹੜੇ ਕਿ ਆਪਣੀ ਕੁਰਸੀ ਤੋਂ ਹੱਥ ਗਵਾ ਬੈਠੇ ਸੀਗੇ ਠੀਕ ਹੈ ਜੀ ਅ ਪਾਵਰਸ ਦੇ ਫੰਕਸ਼ਨਸ ਦੀ ਗੱਲ ਕਰਦੇ ਆ ਪਾਵਰਸ ਫੰਕਸ਼ਨਸ ਨੂੰ ਆਪਾਂ ਚਾਰ ਤਰੀਕਿਆਂ ਨਾਲ ਡਿਵਾਈਡ ਕਰਦੇ ਆ ਪੀਐਮ ਦੇ ਕਿਹੜੇ ਕਿਹੜੇ ਪਾਵਰਸ ਫੰਕਸ਼ਨਸ ਨੇ ਪਹਿਲਾਂ ਪਰ ਪੜ੍ਹਦੇ ਆ ਜੇ ਇਨ ਅ ਰਿਲੇਸ਼ਨ ਟੂ ਮੰਤਰੀ ਮੰਡਲ ਪੀਐਮ ਦੇ ਆਪਦੀ ਮੰਤਰੀ ਮੰਡਲ ਦੇ ਅਗੇਂਸਟ ਕਿਹੜੇ ਕਿਹੜੇ ਪਾਵਰਸ ਨੇ ਗਿਆ ਪ੍ਰੈਜ਼ੀਡੈਂਟ ਦੇ ਹਿਸਾਬ ਨਾਲ ਕਿਹੜੇ ਕਿਹੜੇ ਪਾਵਰਸ ਨੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਕਿਹੜੇ ਕਿਹੜੇ ਪਾਵਰਸ ਨੇ ਹੋਰ ਕਿਹੜੇ ਪਾਵਰਸ ਨੇ ਕੀ ਪੜ੍ਹ ਰਹੇ ਆਪਾਂ ਪੀਐਮ ਦੇ ਪਾਵਰਾਂ ਠੀਕ ਹੈ ਜੀ ਅ ਤਾਂ ਪਹਿਲੀ ਗੱਲ ਕਰਦਾ ਰਾਜੀ ਇਨ ਅ ਰਿਲੇਸ਼ਨ ਟੂ ਕਾਉਂਸਲ ਆਫ ਮਿਨਿਸਟਰਸ ਮੰਤਰੀ ਮੰਡਲ ਦੇ ਰਿਲੇਸ਼ਨ ਵਿੱਚ ਕੀ ਕੀ ਪਾਵਰਸ ਨੇਗੀਆਂ ਠੀਕ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਰੇ ਆਪਣਾ ਪ੍ਰਧਾਨ ਮੰਤਰੀ ਹੈਗਾ ਹੀ ਇਜ਼ ਹੈਡ ਆਫ ਕਾਉਂਸਲ ਆਫ ਮਿਨਿਸਟਰ ਜਿਹੜਾ ਜੀ ਇਹ ਕਾਉਂਸਲ ਆਫ ਮਿਨਿਸਟਰ ਬੈਠੀ ਹੈਗੀ ਹੈ ਠੀਕ ਹੈ ਪੂਰਾ ਦਾ ਪੂਰਾ ਮੰਤਰੀ ਮੰਡਲ ਬੈਠਾ ਹੈ ਇਥੇ ਅਮਿਤ ਸ਼ਾਹ ਬੈਠਾ ਹੈ ਇਥੇ ਰਾਜਨਾਰਾਇਣ ਸਿੰਘ ਬੈਠੇ ਨੇ ਨਿਰਮਲਾ ਸੀਰਮਨ ਬੈਠੇ ਨੇ ਪੀਯੂਸ਼ ਗੋਇਲ ਬੈਠਾ ਹੈ ਹਨਾ ਸਾਰੇ ਮਿਨਿਸਟਰ ਬੈਠੇ ਨੇ ਮੰਤਰੀ ਮੰਡਲ ਦਾ ਕੀ ਮਤਲਬ ਹੁੰਦਾ ਸਾਰੇ ਦੇ ਸਾਰੇ ਮੰਤਰੀਆਂ ਦਾ ਮੰਡਲ ਠੀ ਇਸ ਤੇ ਜਿਹੜਾ ਇਸ ਕੁਰਸੀ ਤੇ ਬੈਠਾ ਹੋਊਗਾ ਉਹ ਆਪਣਾ ਹੋਊਗਾ ਪ੍ਰਧਾਨ ਮੰਤਰੀ ਠੀਕ ਹੈ ਤਾਂ ਕਾਉਂਸਲ ਆਫ ਮਿਨਿਸਟਰਸ ਨੂੰ ਹੈਡ ਕਰਨ ਵਾਲਾ ਕੌਣ ਹੋਊਗਾ ਰਾਜੀ ਪ੍ਰਧਾਨ ਮੰਤਰੀ ਹੀ ਹੋਊਗਾ ਹੈਡ ਆਫ ਦ ਕਾਉਂਸਲ ਆਫ ਮਿਨਿਸਟਰ ਦੂਸਰਾ ਰਾਜੀ ਅਗਰ ਇੱਕਵਰੀ ਪ੍ਰਧਾਨ ਮੰਤਰੀ ਨੇ ਮੰਨ ਲਓ ਪ੍ਰਧਾਨ ਮੰਤਰੀ ਦੀ ਡੈਥ ਹੋ ਜਾਂਦੀ ਹੈ ਜਾਂ ਪ੍ਰਧਾਨ ਮੰਤਰੀ ਰਿਜ਼ਾਈਨ ਕਰ ਜਾਂਦੇ ਨੇ ਤਾਂ ਰਾਜੀ ਸਾਰੀ ਜਿ ਸਾਰੀ ਜਿਹੜੀ ਇਹ ਕਾਉਂਸਲ ਆਫ ਮਿਨਿਸਟਰ ਹੈ ਇਹ ਵੀ ਡਿਸੋਲਵ ਕਰ ਜਾਏਗੀ ਠੀਕ ਹੈ ਤਾਂ ਜਿਹੜੇ ਇਹ ਮੰਤਰੀ ਨੇ ਰਾਜ ਸਾਰੇ ਇਹ ਪੀਐਮ ਤੋਂ ਹੀ ਸ਼ੁਰੂ ਹੁੰਦੇ ਨੇ ਪੀਐਮ ਤੱਕ ਇਹੀ ਖਤਮ ਹੋ ਜਾਂਦੇ ਨੇ ਠੀਕ ਹੈ ਪੀਐਮ ਦੇ ਨਾਲ ਹੀ ਇਹਨਾਂ ਦਾ ਵजूद ਹੈ ਜੇ ਪੀਐਮ ਨਹੀਂ ਹੈਗਾ ਤਾਂ ਇਹ ਵੀ ਨਹੀਂ ਹੈਗੇ ਠੀਕ ਹੈ ਸਾਰੇ ਦੇ ਸਾਰੇ ਮੰਤਰੀ ਉਸੇ ਟਾਈਮ ਕੀ ਹੈ ਡਿਸੋਲਵ ਹੋ ਜਾਣਗੇ ਅਗਰ ਇੱਕ ਵਾਰੀ ਪੀਐਮ ਜੇ ਤਾਂ ਪੀਐਮ ਰਿਜ਼ਾਈਨ ਕਰ ਦਿੰਦਾ ਹੈ ਜਾਂ ਪੀਐਮ ਦੀ ਡੈਥ ਹੋ ਜਾਂਦੀ ਹੈ ਤਾਂ ਮੰਤਰੀ ਮੰਡਲ ਦਾ ਕੋਈ ਵजूद ਰਹਿ ਨਹੀਂ ਜਾਂਦਾ ਉੱਥੇ ਠੀਕ ਹੈ ਜੀ ਇਹ ਚੀਜ਼ ਇੰਪੋਰਟੈਂਟ ਹੈ ਕਿਉਂਕਿ ਪੀਐਮ ਦੇ ਨਾਲ ਹੀ ਸ਼ੁਰੂ ਨੇ ਇਹ ਪੀਐਮ ਦੇ ਉੱਪਰ ਹੀ ਖਤਮ ਨੇਗੇ ਠੀਕ ਹੈ ਜੀ ਸਾਰੇ ਦੇ ਸਾਰੇ ਮੰਤਰੀ ਹੁਣ ਪ੍ਰੈਜ਼ੀਡੈਂਟ ਦੇ ਅਗੇਂਸਟ ਪਾਵਰਾਂ ਦੀ ਗੱਲ ਕਰਦੇ ਆ ਪ੍ਰੈਜ਼ੀਡੈਂਟ ਦੇ ਅਗੇਂਸਟ ਜੀ ਹੀ ਇਜ਼ ਅ ਪ੍ਰਿੰਸੀਪਲ ਚੈਨਲ ਆਫ ਕਮਿਊਨੀਕੇਸ਼ਨ ਇੱਕ ਵਾਰੀ ਹੈਗੀ ਹੈ ਰਾਜੀ ਕਾਉਂਸਲ ਆਫ ਮਿਨਿਸਟਰ ਇੱਕ ਵਾਰੀ ਹੈਗਾ ਆਪਣਾ ਰਾਸ਼ਟਰਪਤੀ ਆਪਾਂ ਆਰਟੀਕਲ 74 ਸ਼ਾਇਦ ਪੜਿਆ राजे ਆਰਟੀਕਲ 74 ਦੇ ਵਿੱਚ ਕੀ ਹੈਗਾ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਆਪਾਂ ਨੇ ਪੜਿਆ ਸੀ ਬਿਲਕੁਲ ਪ੍ਰੈਜ਼ੀਡੈਂਟ ਹੈ ਕੋਈ ਵੀ ਕੰਮ ਆਪ ਨਹੀਂ ਕਰਦਾ ਹੈਗਾ ਕਿਉਂ ਕਿਵੇਂ ਕਰਦਾ ਹੈ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਨਾਲ ਕਰਦਾ ਹੈਗਾ ਜਿਹੜਾ ਪੂਰਾ ਪੂਰਾ ਮੰਤਰੀ ਮੰਡਲ ਹੈ ਉਹਦੀ ਐਡਵਾਈਸ ਦੇ ਨਾਲ ਕੰਮ ਕਰ ਰਿਹਾ ਹੁੰਦਾ ਏਡ ਐਂਡ ਐਡਵਾਈਸ ਆਪਾਂ ਇਹ ਫਰੇਜ਼ ਪੜ੍ਹਦੇ ਹੁੰਦੇ ਹਾਂ ਏਡ ਐਂਡ ਐਡਵਾਈਸ ਠੀਕ ਹੈ ਤਾਂ ਪਿੱਛੇ ਇਹਦਾ ਮੰਤਰੀ ਮੰਡਲ ਕੰਮ ਕਰ ਰਿਹਾ ਹੁੰਦਾ ਹੈ ਫੇਰ ਹੀ ਪ੍ਰੈਜ਼ੀਡੈਂਟ ਕੋਈ ਕੰਮ ਕਰਦਾ ਇਹ ਆਪਾਂ ਨੂੰ ਆਰਟੀਕਲ 74 ਕਹ ਰਿਹਾ ਪਹਿਲੀ ਗੱਲ ਤਾਂ ਹੈ ਠੀਕ ਹੈ ਹੁਣ ਕਾਉਂਸਲਰ ਮਿਨਿਸਟਰ ਆਪਾਂ ਦੇਖ ਰਹੇ ਪੀਐਮ ਦੇ ਦੁਆਰਾ ਹੈਡ ਕੀਤੀ ਜਾਂਦੀ ਹੈ ਪੀਐਮ ਇਹਦੇ ਹੈਡ ਨੇ ਚੇਅਰਮੈਨ ਨੇ ਕਹਿ ਸਕਦੇ ਆਪਾਂ ਠੀਕ ਹੈ ਜੀ ਹੁਣ ਇੱਕ ਪਾਸੇ ਆਪਣਾ ਪ੍ਰੈਜ਼ੀਡੈਂਟ ਹੈ ਇੱਕ ਪਾਸੇ ਕਾਉਂਸਲਰ ਮਿਨਿਸਟਰ ਹੈ ਠੀਕ ਹੈ ਹੁਣ ਆਪਾਂ ਕਹਿ ਰਹੇ ਹਾਂ ਕਿ ਕੋਈ ਵੀ ਕੰਮ ਕਰਨਾ ਹੈ ਕਾਉਂਸਲਰ ਮਿਨਿਸਟਰ ਦੀ ਸਲਾਹ ਦੇ ਨਾਲ ਕਰਨਾ ਹੈਗਾ ਠੀਕ ਹੈ ਤਾਂ ਹੁਣ ਇਹਦਾ ਇੱਕ ਪ੍ਰਿੰਸੀਪਲ ਇਹਨਾਂ ਦੇ ਜਦੋਂ ਕਮਿਊਨੀਕੇਟ ਕਰਨਾ ਦੋਨਾਂ ਜਣਿਆਂ ਨੇ ਠੀਕ ਹੈ ਤਾਂ ਇਹ ਕਮਿਊਨੀਕੇਟ ਕਰ ਕਾਉਂਸਲ ਆਫ ਮਿਨਿਸਟਰ ਨੇ ਕੋਈ ਡਿਸੀਜਨ ਲਿਆ ਤਾਂ ਉਹ ਪੀਐਮ ਕੀ ਕਰੂਗਾ ਪ੍ਰੈਜ਼ੀਡੈਂਟ ਕੋ ਲੈ ਕੇ ਜਾਊਗਾ ਤਾਂ ਪੀਐਮ ਇੱਕ ਪ੍ਰਿੰਸੀਪਲ ਚੈਨਲ ਆਫ ਕਮਿਊਨੀਕੇਸ਼ਨ ਹੈਗਾ ਇੱਕ ਜ਼ਰੀਆ ਹੈਗਾ ਕਮਿਊਨੀਕੇਸ਼ਨ ਕਰਨ ਦਾ ਪ੍ਰੈਜ਼ੀਡੈਂਟ ਤੇ ਕਾਉਂਸਲ ਆਫ ਮਿਨਿਸਟਰ ਦੇ ਵਿੱਚ ਵਿੱਚ ਠੀਕ ਹੈ ਜੀ ਤਾਂ ਦੇਖ ਲੈਣਾ ਕੀ ਕੁਛ ਹੈ ਕਮਿਊਨੀਕੇਟ ਟੂ ਦਾ ਪ੍ਰੈਜ਼ੀਡੈਂਟ 올 ਡਿਸੀਜਨਸ ਆਫ ਕਾਉਂਸਲ ਆਫ ਮਿਨਿਸਟਰ ਠੀਕ ਹੈ ਮੰਤਰੀ ਮੰਡਲ ਨੇ ਕੋਈ ਡਿਸੀਜਨ ਲਿਆ ਤਾਂ ਉਹ ਪੀਐਮ 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 ਕੀ ਕਰੂਗਾ ਉਹ ਸਾਰੇ ਡਿਸੀਜਨ ਪ੍ਰੈਜ਼ੀਡੈਂਟ ਦੱਸੂਗਾ ਵੀ ਹਾਂਜੀ ਅਸੀਂ ਸਾਰਿਆਂ ਨੇ ਮਿਲ ਕੇ ਇਹੀ ਡਿਸੀਜਨ ਲਿਆ ਤੁਸੀਂ ਦੇਖ ਲਓ ਇੱਕ ਵਾਰੀ ਅ ਪ੍ਰੈਜ਼ੀਡੈਂਟ ਨੇ ਕੋਈ ਇਨਫੋਰਮੇਸ਼ਨ ਨਹੀਂ ਮੰਗੀ ਠੀਕ ਹੈ ਪ੍ਰੈਜ਼ੀਡੈਂਟ ਨੇ ਕੋਈ ਇਨਫੋਰਮੇਸ਼ਨ ਮੰਗੀ ਪੀਐਮ ਤੋਂ ਤਾਂ ਉਹ ਵੀ ਪੀਐਮ ਦੇਣਗੇ ਉਹਨੂੰ ਫਟਾਫਟ ਠੀਕ ਹੈ ਪ੍ਰੈਜ਼ੀਡੈਂਟ ਨੂੰ ਤਾਂ ਪ੍ਰੈਜ਼ੀਡੈਂਟ ਪੀਐਮ ਇੱਕ ਚੈਨਲ ਆਫ ਕਮਿਊਨੀਕੇਸ਼ਨ ਹੈ ਬਸ ਆਪਣੀ ਇਹ ਚੀਜ਼ ਯਾਦ ਕਰਨੀ ਹੈ ਇਸ ਤੋਂ ਇਲਾਵਾ ਜਿਹੜੇ ਪ੍ਰੈਜ਼ੀਡੈਂਟ ਅਪਣੇ ਦੇਖਿਆ ਸੀ ਪ੍ਰੈਜ਼ੀਡੈਂਟ ਕਈ ਸਾਰੀਆਂ ਅਪੁਆਇੰਟਮੈਂਟਸ ਕਰਦਾ ਹੈਗਾ ਠੀਕ ਹੈ ਕਿਹੜੀ ਕਿਹੜੀ ਐਟਾਰਨੀ ਜਨਰਲ ਦੀ ਸੀਏਜੀ ਦੀ ਠੀਕ ਹੈ ਯੂਪੀਐਸਸੀ ਦੇ ਮੈਂਬਰ ਸੀ ਫਾਈਨੈਂਸ ਕਮਿਸ਼ਨ ਦੇ ਮੈਂਬਰ ਸੀ ਇਹ ਸਭ ਦੀ ਅਪੁਆਇੰਟਮੈਂਟ ਕੌਣ ਕਰਦਾ ਬੱਚੇ ਪ੍ਰੈਜ਼ੀਡ ਬਟ ਐਕਚੁਅਲੀ ਅਪਣ ਦੇਖਦੇ ਹੁੰਨੇ ਆ ਕਿ ਪ੍ਰੈਜ਼ੀਡੈਂਟ ਕੁਝ ਖੁਦ ਹੀ ਕੁਝ ਨਹੀਂ ਕਰ ਰਿਹਾ ਇਹਦੇ ਪਿੱਛੇ ਰਜੇ ਕੌਣ ਬੈਠਾ ਹੈ ਕਾਉਂਸਲ ਆਫ ਮਿਨਿਸਟਰ ਬੈਠਾ ਹੈ ਕਾਉਂਸਲ ਆਫ ਮਿਨਿਸਟਰ ਬੈਠਾ ਹੈ ਜਾਂ ਫਿਰ ਪ੍ਰਧਾਨ ਮੰਤਰੀ ਬੈਠਾ ਹੈ ਕਿਉਂਕਿ ਕਾਉਂਸਲ ਆਫ ਮਿਨਿਸਟਰ ਦਾ ਓਬਵੀਅਸਲੀ ਗੱਲ ਹੈ ਪੀਐਮ ਹੀ ਹੋ ਗਿਆ ਨਾ ਕਿਉਂਕਿ ਪੀਐਮ ਹੀ ਹੈ ਹੈਡ ਕਾਉਂਸਲ ਆਫ ਮਿਨਿਸਟਰ ਦਾ ਤਾਂ ਜਿਹੜਾ ਵੀ ਅਪਾ ਗੱਲ ਕਰ ਰਹੇ ਹਾਂ ਕਿ ਪ੍ਰੈਜ਼ੀਡੈਂਟ ਅਪੁਆਇੰਟਮੈਂਟ ਕਰ ਰਿਹਾ ਐ ਐਕਚੁਅਲ ਦੇ ਵਿੱਚ ਉਹ ਅਪੁਆਇੰਟਮੈਂਟ ਕਾਉਂਸਲ ਆਫ ਮਿਨਿਸਟਰ ਜਾਂ ਫਿਰ ਪੀਐਮ ਕਰ ਰਿਹਾ ਐ ਕੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਐਡਵਾਈਸ ਕਰਦੇ ਨੇ ਸਲਾਹ ਦਿੰਦੇ ਨੇ ਰეკਮੈਂਡੇਸ਼ਨ ਕਰਦੇ ਨੇ ਕਿ ਸਰ ਤੁਸੀਂ ਇਹਨਾਂ ਇਹਨਾਂ ਬੰਦਿਆਂ ਨੂੰ ਇਸ ਪੋਸਟ ਦੇ ਉੱਪਰ ਰੱਖ ਲਓ ਠੀਕ ਹੈ ਪ੍ਰੈਜ਼ੀਡੈਂਟ ਆਪਣੀ ਮਰਜ਼ੀ ਨਹੀਂ ਕਰ ਸਕਦੇ ਓਬਵੀਅਸਲੀ ਗੱਲ ਹੈ ਪ੍ਰਧਾਨ ਮੰਤਰੀ ਹੀ ਦੱਸਦੇ ਨੇ ਵੀ ਹਾਂ ਫਲਾਣੇ ਬੰਦੇ ਨੂੰ ਜੀ ਆਪਾਂ ਅਟਾਰਨੀ ਜਨਰਲ ਬਣਾ ਲੈਨੇ ਆ ਫਲਾਣੇ ਨੂੰ ਆਪਾਂ ਕੈਗ ਬਣਾ ਲੈਨੇ ਆ ਯੂਪੀਐਸਸੀ ਦੇ ਵਿੱਚ ਰੱਖ ਲੈਨੇ ਆ ਫਾਈਨੈਂਸ ਕਮਿਸ਼ਨ ਦੇ ਮੈਂਬਰ ਬਣਾ ਲੈਨੇ ਆ ਤਾਂ ਅਲਟੀਮੇਟਲੀ ਇਹ ਪ੍ਰਧਾਨ ਮੰਤਰੀ ਦੀ ਪਾਵਰ ਹੈਗੀ ਹੈ ਕਿ ਹੀ ਐਡਵਾਈਸਸ ਦਾ ਪ੍ਰੈਜ਼ੀਡੈਂਟ ਇਨ ਦੀ ਅਪੋਇੰਟਮੈਂਟ ਆਫ ðiਜ਼ ਫੰਕਸ਼ਨਰੀਜ਼ ਠੀਕ ਹੈ ਜੀ ਚਲੋ ਪਾਵਰ ਹੈ ਜੀ ਇਨ ਰਿਲੇਸ਼ਨ ਟੂ ਪਾਰਲੀਮੈਂਟ ਹਾਊਸ ਦੇ ਵਿੱਚ ਬੈਠ ਕੇ ਕੀੜੀ ਕੀੜੇ ਪਾਵਰਸ ਨੇ ਕਿਦੀਆਂ ਪ੍ਰਧਾਨ ਮੰਤਰੀ ਆਪਾਂ ਕੀ ਪੜ ਰਣਾ ਬੱਚੇ ਪ੍ਰਧਾਨ ਮੰਤਰੀ ਪੜ ਰਾ ਠੀਕ ਹੈ ਤੁਸੀਂ ਦੇਖੋਗੇ ਇਹ ਸਾਰੀਆਂ ਪ੍ਰੋਵੀਜ਼ਨ ਐਜ਼ ਇਟ ਇਜ਼ ਸੀਐਮ ਦੇ ਵਿੱਚ ਰਿਪੀਟ ਹੋਣਗੀਆਂ ਐਜ਼ ਇਟ ਇਜ਼ ਵਰਡ ਟੂ ਵਰਡ ਰਿਪੀਟ ਹੋਣਗੀਆਂ ਚੀਜ਼ਾਂ ਠੀਕ ਹੈ ਤਾਂ ਇਹੀ ਰੀਜ਼ਨ ਹੈ ਮੈਂ ਇਹਨਾਂ ਦੋਨੇ ਚੈਪਟਰਸ ਨੂੰ ਇਕੱਠਾ ਇੱਕ ਵੀਡੀਓ ਦੇ ਵਿੱਚ ਪਾ ਲਿਆ ਆ ਲੀਡਰ ਆਫ ਦਾ ਹਾਊਸ ਹੈ ਜਿਹੜੇ ਹਾਊਸ ਦਾ ਮੈਂਬਰ ਹੈਗਾ ਮੰਨ ਲਓ ਪੀਐਮ ਹੁਣ ਆਪਾਂ ਨੂੰ ਪਤਾ ਆਪਣੇ ਲੋਕ ਸਭਾ ਦੇ ਵਿੱਚ ਆ ਰਿਹਾ ਤਾਂ ਪੀਐਮ ਉਸ ਹਾਊਸ ਦਾ ਲੀਡਰ ਹੋਊਗਾ ਠੀਕ ਹੈ ਜ ਹਾਂ ਹੀ ਕੇਨ ਰਿਕਮੈਂਡਡ ਡਿਸੋਲੂਸ਼ਨ ਆਫ ਲੋਕ ਸਭਾ ਆਪਨ ਬਦਰਾ ਜੇ ਲੋਕ ਸਭਾ ਜਿਹੜੀ ਹੈਗੀ ਡਿਸੋਲਵ ਹੋ ਜਾਂਦੀ ਹੈ ਠੀਕ ਹੈ ਇਨ ਜਨਰਲ ਦੇਖੋ 2019 ਹੈਗਾ ਠੀਕ ਹੈ 2024 ਆਊਗਾ ਹੁਣ ਜਾਂ ਫਿਰ ਆਪਾਂ ਕਹਿ ਸਕਦੇ ਹਾਂ 2014 ਸੀਗਾ ਤੇ 2019 2019 ਤੱਕ ਰਜ ਜਿਹੜੀ ਪੁਰਾਣੀ ਲੋਕ ਸਭਾ ਸੀ 2014 ਦੇ ਵਿੱਚ ਚੁਣੀ ਹੋਈ ਉਹ 2019 ਦੇ ਵਿੱਚ ਡਿਸੋਲਵ ਹੋ ਗਈ ਖਤਮ ਹੋ ਗਈ ਠੀਕ ਹੈ ਫਿਰ ਇਲੈਕਸ਼ਨ ਨਵੇਂ ਹੋਏ ਫਿਰ ਨਵੀਂ ਲੋਕ ਸਭਾ ਚੁਣੇਗੀ ਫਿਰ ਹੁਣ ਇਹ 2024 ਤੱਕਰ ਕੰਟੀਨਿਊ ਕਰੋ ਠੀਕ ਹੈ ਤਾਂ ਮਤਲਬ ਇੱਕ ਵਾਰੀ ਤਾਂ ਲੋਕ ਸਭਾ ਡਿਸੋਲਵ ਹੁੰਦੀ ਹੀ ਹੁੰਦੀ ਹੈ ਠੀਕ ਹੈ ਇਨ ਜਨਰਲ ਤਾਂ 5 ਸਾਲ ਬਾਅਦ ਡਿਸੋਲਵ ਹੁੰਦੀ ਹੈ ਠੀਕ ਹੈ 5 ইয়ার্স ਬਾਅਦ ਡਿਸੋਲਵ ਹੁੰਦੀ ਹੈ ਇਨ ਜਨਰਲ ਬਟ ਕਈ ਵਾਰੀ ਕੀ ਹੁੰਦਾ ਹੈ ਪਹਿਲਾਂ ਵੀ ਡਿਸੋਲਵ ਹੋ ਜਾਂਦੀ ਹੈ ਉਹ ਉਦੋਂ ਕੀ ਉਹ ਕਿਵੇਂ ਡਿਜ਼ੋਲਵ ਹੁੰਦੀ ਹੈ ਰਾਜੇ ਜਦੋਂ ਪ੍ਰਧਾਨ ਮੰਤਰੀ ਹੀ ਰეკਮੈਂਡ ਕਰ ਦਿੰਦੇ ਨੇ ਠੀਕ ਹੈ ਪ੍ਰਧਾਨ ਮੰਤਰੀ ਰეკਮੈਂਡ ਕਰ ਦਿੰਦੇ ਨੇ ਕਿ ਹਾਂ ਲੋਕ ਸਭਾ ਨੂੰ ਡਿਜ਼ੋਲਵ ਕੀਤਾ ਜਾਵੇ ਠੀਕ ਹੈ ਆਪਾਂ ਨੂੰ ਪਤਾ ਹੈ ਜੀ ਡਿਜ਼ੋਲਵ ਕੌਣ ਕਰਦਾ ਕੌਣ ਹੈ ਰਾਸ਼ਟਰਪਤੀ ਕਰਦਾ ਇਹ ਆਪਣੇ ਰਾਸ਼ਟਰਪਤੀ ਦੀ ਪਾਵਰ ਦੇ ਵਿੱਚ ਪੜਿਆ ਸੀਗਾ ਜਦੋਂ ਆਪਣੇ ਪ੍ਰੈਜ਼ੀਡੈਂਟ ਦੀਆਂ ਲੈਜਿਸਲੇਟਰੀ ਪਾਵਰਸ ਪੜੀਆਂ ਸੀ ਤੁਸੀਂ ਇੱਕ ਵਾਰੀ ਨੋਟ ਦੇਖ ਲਓ ਪਲੀਜ਼ ਦੁਬਾਰਾ ਰਾਸ਼ਟਰਪਤੀ ਦੀ ਲੈਜਿਸਲੇਟਰੀ ਪਾਵਰਸ ਪੜੀਆਂ ਸੀ ਉਸ ਟਾਈਮ ਤੇ ਆਪਣੇ ਕਿਹਾ ਸੀ ਪ੍ਰੈਜ਼ੀਡੈਂਟ ਜਿਹੜਾ ਕੀ ਆ ਲੋਕ ਸਭਾ ਨੂੰ ਡਿਸੋਲਵ ਕਰਦਾ ਇਹ ਚੀਜ਼ ਆਪਣੇ ਪੜ੍ਹ ਲਈ ਸੀ ਬਟ ਅਗੇਨ ਹੁਣ ਦੇਖੋ ਪ੍ਰੈਜ਼ੀਡੈਂਟ ਕੀ ਕਰੂਗਾ ਜੇ ਆਪਣੀ ਮਰਜ਼ੀ ਨਹੀਂ ਕਰੂਗਾ ਕਈ ਵਾਰੀ ਕੀ ਹੈ ਪੀਐਮ ਵੀ ਰეკਮੈਂਡ ਕਰ ਸਕਦਾ ਇਸ ਚੀਜ਼ ਦੇ ਵਿੱਚ ਤਾਂ ਇਹ ਵੀ ਪੀਐਮ ਦੀ ਪਾਵਰ ਹੈ ਕਿਦੇ ਅਗੇਂਸਟ ਕਿਦੇ ਏਵਾਜ਼ ਦੇ ਵਿੱਚ ਪਾਰਲੀਮੈਂਟ ਦੇ ਏਵਾਜ਼ ਦੇ ਵਿੱਚ ਕਿ ਪੀਐਮ ਕਿਨ ਰეკਮੈਂਡ ਡਿਸੋਲੂਸ਼ਨ ਆਫ ਲੋਕ ਸਭਾ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਗਵਰਨਮੈਂਟ ਦੀਆਂ ਪੋਲਿਸੀਜ਼ ਅਨਾਉਂਸ ਕਰਦਾ ਫਲੋਰ ਦੇ ਉੱਪਰ ਕੋਈ ਮਤਲਬ ਜ਼ਿਆਦਾ ਇੰਪੋਰਟੈਂਟ ਨਹੀਂ ਬਟ ਗਵਰਨਮੈਂਟ ਦੀਆਂ ਪੋਲਿਸੀਜ਼ ਫਲੋਰ ਦੇ ਉੱਪਰ ਅਨਾਉ ਆ ਅਦਰ ਪਾਵਰ ਦੀ ਗੱਲ ਕਰਦੇ ਰਹ ਜੀ ਕੀ ਕੁਝ ਬਾਡੀਜ਼ ਦਾ ਚੇਅਰਮੈਨ ਹੁੰਦਾ ਆਪਣਾ ਪੀਐਮ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੱਚੇ ਇਹ ਪ੍ਰਧਾਨ ਮੰਤਰੀ ਕੁਝ ਬਾਡੀਜ਼ ਦਾ ਚੇਅਰਮੈਨ ਹੁੰਦਾ ਕਿਹੜੇ-ਕਿਹੜੀਆਂ ਇੱਕ ਤਾਂ ਨੀਤੀ ਆਯੋਗ ਬਹੁਤ ਬਹੁਤ ਇੰਪੋਰਟੈਂਟ ਹੈ ਐਗਜ਼ਾਈਜ਼ ਸਿਲੇਬਸ ਤੋਂ ਬਾਅਦ ਕਾਫੀ ਇੰਪੋਰਟੈਂਟ ਟਾਪਿਕ ਹੈ ਨੀਤੀ ਆਯੋਗ ਦਾ ਠੀਕ ਹੈ ਪੜਾਂਗੇ ਆਪਾਂ ਇਹਦੇ ਬਾਰੇ ਵੀ ਆ ਇੱਕ ਹੋਰ ਬਾਡੀ ਹੈ ਰਜੇ ਨੈਸ਼ਨਲ ਇੰਟੀਗ੍ਰੇਸ਼ਨ ਕਾਉਂਸਲ ਇਹਦਾ ਵੀ ਚੇਅਰਮੈਨ ਹੈ ਇਹ ਸਭ ਚਾਰੇ ਬਾਡੀਜ਼ ਦਾ ਪੀਐਮ ਚੇਅਰਮੈਨ ਹੈ ਹੋਰ ਵੀ ਬਹੁਤ ਸਾਰੀਆਂ ਬਾਡੀਜ਼ ਦਾ ਪੀਐਮ ਚੇਅਰਮੈਨ ਹੁੰਦਾ ਆ ਆ टू सिक्सटी थ्री आर्टिकल इंटर स्टेट काउंसल ओ पी एम की है Council, इस बॉडी का चेयरमैन है नैशनल वॉटर रिसोर्स काउंसल इस भी पी एम चेयरमैन है होर की पावर है जी ही इज अ चीफ स्पोक्समैन ऑफ यूनियन गवर्नमेंट ओबियस की गल है सरकार पी एम पी एम सकार बस गल ख़म पी एम तो ही सरकार शुरू है पी एम से ही सरकार खत्म हैगी ठीक है तो ओबियस की गल है चीफ स्पोक्समैन हैगा सारी ही सरकार की गल ओबियसली प्रधानमंत्री ही रखेगा एक वर्ड बहुत यूज होंगे रहा जी बहुत बारी बारी वारी यूज़ होंगे फ्रेज़ ये पोलीटल हैड ऑफ सर्विसिज़ ਇਗੇ ਸਰਵਿਸ ਇਸ ਹੈ ਪੋਲੀਟੀਕਲ ਹੈਡੈਕ ਕਿ ਤਰ੍ਹਾਂ ਦਾ ਬਸ ਫਰੇਜ਼ ਯਾਦ ਕਰੋ ਜ਼ਿਆਦਾ ਇਹਦੇ ਵਿੱਚ ਪੈਣ ਦੀ ਲੋੜ ਨਹੀਂ ਹੈਗੀ ਆ ਹੀ ਇਸ ਮੋਸਟ ਕੰਪੇਅਰੇਬਲ ਟੂ ਯੂਐਸ ਪ੍ਰੈਜ਼ੀਡੈਂਟ ਇਹ ਚੀਜ਼ ਬਹੁਤ ਬਹੁਤ ਇੰਪੋਰਟੈਂਟ ਹੈ ਦੇਖੋ ਆਪਣਾ ਪੀਐਮ ਰਾਜੇ ਆਪਣੇ ਦੇਸ਼ ਦੇ ਵਿੱਚ ਸਭ ਤੋਂ ਪਾਵਰਫੁੱਲ ਪੋਸਟ ਤਾਂ ਪੀਐਮ ਦੀ ਹੈਗੀ ਹੈ ਨਾ ਚਾਹੇ ਕਿ ਆਪਾਂ ਇੱਕ ਨੋਮੀਨਲ ਕਹਿ ਦਿੰਨਾ ਕਿ ਸਭ ਤੋਂ ਵੱਡੀ ਪੋਸਟ ਪ੍ਰੈਜ਼ੀਡੈਂਟ ਦੀ ਹੈ ਬਟ ਸਭ ਤੋਂ ਪਾਵਰਫੁੱਲ ਜੇ ਗੱਲ ਕਰਾਂ ਤਾਂ ਉਹਦਾ ਪ੍ਰਧਾਨ ਮੰਤਰੀ ਹੀ ਓਬਵੀਅਸ ਜੀ ਗੱਲ ਹੈ ਠੀਕ ਹੈ ਹੁਣ ਅਮਰੀਕਾ ਦੇ ਵਿੱਚ ਜੇ ਆਪ ਗੱਲ ਕਰੀਏ ਇਹ ਤਾਂ ਹੈਗੇ ਇੰਡੀਆ ਜੇ ਅਮਰੀਕਾ ਦੇ ਵਿੱਚ ਮੈਂ ਗੱਲ ਕਰਾਂ ਤਾਂ ਉੱਥੇ ਸਭ ਤੋਂ ਜ਼ਿਆਦਾ ਪਾਵਰਫੁੱਲ ਕੌਣ ਹੈ राजे ਉੱਥੇ ਸਭ ਤੋਂ ਜ਼ਿਆਦਾ ਪਾਵਰਫੁੱਲ ਉਹਨਾਂ ਦਾ ਪ੍ਰੈਜ਼ੀਡੈਂਟ ਹੈਗਾ ਠੀਕ ਹੈ ਪਾਵਰਫੁੱਲ ਦੀ ਗੱਲ ਕਰਨਾ ਮੈਂ ਤਾਂ ਆਪਣਾ ਜਿਹੜਾ ਪ੍ਰਧਾਨ ਮੰਤਰੀ ਹੈ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਨਾਲ ਕੰਪੇਅਰੇਬਲ ਹੈਗਾ ਆਪਾਂ ਇਦਾਂ ਕਹਿੰਨੇ ਆ ਠੀਕ ਹੈ ਜੇ ਮੈਂ ਗੱਲ ਕਰਾਂ ਬੱਚੇ ਇੰਗਲੈਂਡ ਦੀ ਇੰਗਲੈਂਡ ਦੀ ਗੱਲ ਕਰਾਂ ਤਾਂ ਇੰਗਲੈਂਡ ਦੇ ਵਿੱਚ ਜਿਹੜਾ ਪਾਵਰਫੁੱਲ ਹੈ ਕੌਣ ਹੈ ਕੀ ਰਾਣੀ ਪਾਵਰਫੁੱਲ ਹੈ ਨਹੀਂ ਰਾਣੀ ਨਹੀਂ ਪਾਵਰਫੁੱਲ ਹੈਗੀ ਉੱਥੇ ਵੀ ਅਗੇਨ ਪੀਐਮ ਹੀ ਪਾਵਰਫੁੱਲ ਹੈਗਾ ਪੀਐਮ ਹੀ ਸਾਰਾ ਕੁਝ ਕਰਦਾ ਹੈ ਇੰਗਲ ਮੋਨਾਰਕ ਜਾਂ ਫਿਰ ਕੈਸਾ ਦੈਪਾ ਠੀਕ ਹੈ ਇੰਗਲੈਂਡ ਦਾ ਮੋਨਾਰਕ ਜਿਹੜਾ ਹੈਗਾ ਕੁਈਨ ਐਲਿਜ਼ਾਬੈਥ ਹੈਗੀ ਹੈ ਉਹ ਇੱਕ ਨੋਮੀਨਲ ਪੋਜੀਸ਼ਨ ਹੈ ਜਿਵੇਂ ਆਪਣਾ ਪ੍ਰਧਾਨ ਰਾਸ਼ਟਰਪਤੀ ਨੋਮੀਨਲ ਹੈਗਾ ਇੱਕ ਸਾਈਨ ਕਰਦਾ ਜਸਟ ਠੀਕ ਹੈ ਕੰਮ ਸਾਰਾ ਪੀਐਮ ਨੇ ਕਰਨਾ ਹੈ ਪ੍ਰੈਜ਼ੀਡੈਂਟ ਸਿਰਫ ਸਾਈਨ ਕਰਦਾ ਹੈ ਉਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਕੰਮ ਸਾਰਾ ਪੀਐਮ ਕਰੂਗਾ ਸਾਈਨ ਸਿਰਫ ਮੋਨਾਰਕ ਕਰਦੀ ਹੈ ਠੀਕ ਹੈ ਤਾਂ ਮੋਨਾਰਕ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਕਿ ਰਾਜਾ ਰਾਣੀ ਦੀ ਇੱਕ ਨੋਮੀਨਲ ਪੋਜੀਸ਼ਨ ਹੈਗੀ ਹੈ ਠੀਕ ਹੈ ਕੋਈ ਇਹਦੇ ਵਿੱਚ ਐਦਾਂ ਨਹੀਂ ਹੈਗਾ ਵੀ ਰਾਣੀ ਜਿਵੇਂ ਪਹਿਲਾਂ ਹੁੰਦੇ ਸੀ ਵੀ ਮੋਨਾਰਕ ਹੀ ਸਾਰਾ ਕੁਝ ਰੂਲ ਕਰ ਰਹੀ ਹੈ ਨਹੀਂ ਜਸ ਇਟਸ ਨੋਮੀਨਲ ਇੱਕ ਮ हां साइन करने ने उसने ठीक है मोनार्क करें ता जे आपा ਗੱਲ ਕਰੀਦਾ ਜੇ ਆਪਣਾ ਪੀਐਮ ਕਿਸੇ ਕੰਪੇਅਰੇਬਲ ਹੈ ਅ ਯੂਐਸਏ ਦੇ ਪ੍ਰੈਜ਼ੀਡੈਂਟ ਵਰਗਾ ਹੈ ਜੇ ਆਪਣਾ ਪ੍ਰੈਜ਼ੀਡੈਂਟ ਕੰਪੇਅਰ ਕਰੇ ਤਾਂ ਉਹ ਇੰਗਲੈਂਡ ਦੇ ਮੋਨਾਰਕ ਵਰਗਾ ਹੈ ਤੁਸੀਂ ਪਲੀਜ਼ ਇਹ ਚੀਜ਼ ਨੋਟ ਕਰ ਲਓ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਆਪਣਾ ਪੀਐਮ ਅਮਰੀਕਾ ਦੇ ਪ੍ਰੈਜ਼ੀਡੈਂਟ ਵਰਗਾ ਹੈ ਆਪਣਾ ਪ੍ਰੈਜ਼ੀਡੈਂਟ ਇੰਗਲੈਂਡ ਦੀ ਮੋਨਾਰਕ ਵਰਗਾ ਹੈ ਠੀਕ ਹੈ ਜੀ ਕੁਐਸਚਨ ਬਹੁਤ ਵਧੀਆ ਆਇਆ ਹੈ ਇਹ ਅ ਇੱਕ ਆਪਣਾ ਕੋਲ ਫਿਲਾਸਫਰ ਹੋਇਆ ਨਾ ਜੇ ਮਨਰੋ ਠੀਕ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਪਾਵਰਫੁੱਲ ਨੂੰ ਦੇਖਦੇ ਹੋਏ ਕਿ ਜਿਹੜਾ ਆਪਣਾ ਸਿਸਟਮ ਹੈ ਪਾਰਲੀਮੈਂਟ ਦਾ ਸਿਸਟਮ ਉਸ ਉਸ ਸਿਸਟਮ ਦੇ ਵਿੱਚ ਪ੍ਰਧਾਨ ਮੰਤਰੀ ਇੰਨਾ ਕਿ ਪਾਵਰਫੁੱਲ ਹੈ ਕਿ ਉਹਨੂੰ ਕਿਹਾ ਹੈ ਕਿ ਹੀ ਇਜ਼ ਅ ਕੈਪਟਨ ਆਫ ਦ ਸ਼ਿਪ ਆਫ ਅ ਸਟੇਟ ਵੀ ਜੇ ਸਟੇਟ ਜੇ ਉਹ ਦੇਸ਼ ਇੱਕ ਸ਼ਿਪ ਨੂੰ ਮੰਨ ਲਈ ਆਪਾਂ ਜੇ ਆਪਾਂ ਉਸ ਦੇਸ਼ ਨੂੰ ਇੱਕ ਸ਼ਿਪ ਕਹੀਏ ਤਾਂ ਉਸ ਸ਼ਿਪ ਦਾ ਕੈਪਟਨ ਆਪਣਾ ਕੌਣ ਹੋਊਗਾ ਰਾਜੇ ਪ੍ਰਧਾਨ ਮੰਤਰੀ ਹੋ ਕਿਉਂਕਿ ਦੇਸ਼ ਦੇ ਵਿੱਚ ਜੋ ਵੀ ਕਰ ਰਿਹਾ ਉਹ ਪ੍ਰਧਾਨ ਮੰਤਰੀ ਹੀ ਕਰ ਰਿਹਾਗਾ ਠੀਕ ਹੈ ਤਾਂ ਇੱਕ ਸਟੇਟ ਦੀ ਸ਼ਿਪ ਦਾ ਕੈਪਟਨ ਹੈਗਾ ਪ੍ਰਧਾਨ ਮੰਤਰੀ ਆਪਣਾ ਅ ਦੇਖਦੇ ਨਾ ਜੀ ਕਿਹੜੇ ਕਿਹੜੇ ਚੀਫ ਮਿਨਿਸਟਰ ਜਿਹੜੇ ਪ੍ਰਧਾਨ ਮੰਤਰੀ ਬਣੇ ਨੇਗੇ ਇਹ ਵੀ ਕੁਸ਼ਨ ਕਈ ਵਾਰੀ ਆ ਜਾਂਦਾ ਹੈ ਵੀ ਉਹ ਪ੍ਰਧਾਨ ਮੰਤਰੀ ਜਿਹੜੇ ਕਦੇ ਆਪਣੇ ਲਾਈਫ ਦੇ ਵਿੱਚ ਪਹਿਲਾਂ ਚੀਫ ਮਿਨਿਸਟਰ ਵੀ ਰਹਿ ਚੁਕੇ ਨੇ ਜਿਵੇਂ ਸਾਡੇ ਨਰਿੰਦਰ ਮੋਦੀ ਨੇ ਪਹਿਲਾਂ ਇਹ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਠੀਕ ਹੈ ਤਾਂ ਉਦਾਂ ਹੀ ਪੰਜ ਹੋਰ ਜਿਹੜੇ ਆਪਣੇ ਪ੍ਰਧਾਨ ਮੰਤਰੀ ਆਏ ਨੇ ਜੋ ਪਹਿਲਾਂ ਕਿਸੇ ਸਟੇਟ ਦੇ ਸੀਐਮ ਰਹਿ ਚੁਕੇ ਨੇ ਮੁਰਾਰ지 ਜਸਾਈ ਨੇ ਰਜ ਜਿਹੜੇ ਕਿ ਪਹਿਲੇ ਨਾਅਨ ਕਾਂਗਰਸ ਆਪਣੇ ਪੀਐਮ ਬਣੇ ਸੀਗੇ ਤਾਂ ਇਹ ਪਹਿਲਾਂ ਬੰਬੇ ਸਟੇਟ ਦੇ ਸੀਗੇ ਸੀਐਮ ਸੀਗੇ ਬੰਬੇ ਸਟੇਟ ਦੇ ਸੀਐਮ ਸੀਗੇ ਚਰਮ ਸਿੰਘ ਰਾਜੇ ਯੂਪੀ ਦੇ ਸੀਐਮ ਸੀ ਬੀਪੀ ਸਿੰਘ ਰਾਜੇ ਇਹ ਵੀ ਯੂਪੀ ਦੇ ਪੀਐਮ ਸੀਗੇ ਵਿਸ਼ਵਨਾਥ ਪ੍ਰਤਾਪ ਸਿੰਘ ਨਰਸੀਮਾ ਰਾਓ ਰਾਜੇ ਇੰਡੀਆ ਦੇ ਪਹਿਲੇ ਸਾਊਥ ਇੰਡੀਆ ਦੇ ਪਹਿਲੇ ਜਿਹੜੇ ਪੀਐਮ ਬਣੇ ਸੀ ਆਪਣੇ ਠੀਕ ਹੈ ਤਾਂ ਇਹ ਕਿੱਥੋਂ ਦੇ ਸੀਐਮ ਸੀਗੇ ਆਂਧਰਾ ਦੇ ਹੀ ਵਾਸ ਸਾਊਥ ਇੰਡੀਆਜ਼ ਫਰਸਟ ਪੀਐਮ ਠੀਕ ਹੈ ਸਾਊਥ ਇੰਡੀਆ ਤੋਂ ਆਉਣ ਵਾਲੇ ਪਹਿਲੇ ਪੀਐਮ ਬਣੇ ਸੀ ਆਪਣੇ ਇਹ ਐਚਡੀ ਦੇਵਗੋੜਾ ਸਾਹਿਬ ਰਾਜੇ ਕਿੱਥੋਂ ਦੇ ਸੀਗੇ ਕਰਨਾਟਕ ਦੇ ਕਰਨਾਟਕ ਦੇ ਸੀਐਮ ਰਹਿ ਚੁੱਕੇ ਸੀ ਫਿਰ ਪੀਐਮ ਬਣੇ ਸੀ ਠੀਕ ਹੈ ਜੀ ਨਰਿੰਦਰ ਮੋਦੀ ਆਪ ਨੂੰ ਪਤਾ ਹੈ ਗੁਜਰਾਤ ਦੇ ਸੀਐਮ ਸੀਗੇ ਠੀਕ ਹੈ ਜੀ ਇਸ ਵੀ ਇੰਪੋਰਟੈਂਟ ਕੁਸ਼ਚਨ ਬਣ ਜਾਂਦਾ ਤਾਂ ਅੱਜ ਤੱਕ 6 ਆਪਣੇ ਐਸੇ ਪੀਐਮ ਬਣੇ ਨੇ ਜੋ ਪਹਿਲਾਂ ਸੀਐਮ ਰਹਿ ਚੁਕੇ ਨੇ ਠੀਕ ਹੈ ਜੀ ਚਲੋ ਹੁਣ ਅਰਾ ਜੀ ਇਹ ਗੱਲ ਸੀਐਮ ਦੀ ਜਦੋਂ ਚੱਲ ਹੀ ਪਈ ਤਾਂ ਫਿਰ ਆਪਾਂ 25 ਸੀਐਮ ਸੀਐਮ ਵਾਲਾ ਚੈਪਟਰ ਵੀ ਕਵਰ ਕਰ ਲਨੇ ਆ ਤਾਂ ਨੈਕਸਟ ਆਪਾਂ ਸਟਾਰਟ ਕਰਦੇ ਬੱਚੇ ਚੀਫ ਮਿਨਿਸਟਰ ਚੈਪਟਰ ਹੁਣ ਤੁਸੀਂ ਦੇਖੋਗੇ ਐਜ਼ ਇਟ ਇਜ਼ ਜਿਹੜੇ ਫਰੇਜ਼ਸ ਜਿਹੜੇ ਲਾਈਨਸ ਨੇ ਰਿਪੀਟ ਹੋਣਗੀਆਂ ਠੀਕ ਹੈ ਜਿਵੇਂ ਆਪਣੇ ਅਰਾ ਜੀ ਕਿਹਾ ਸੀ ਕਿ ਪ੍ਰੈਜ਼ੀਡੈਂਟ ਨੋਮੀਨਲ ਹੈ ਉਸੇ ਤਰ੍ਹਾਂ ਗਵਰਨਰ ਵੀ ਨੋਮੀਨਲ ਹੈ ਜਿਵੇਂ ਆਪਾਂ ਨੇ ਕਿਹਾ ਸੀ ਪੀਐਮ ਰੀਅਲ ਐਗ ਆਪਣਾ ਪ੍ਰੈਜ਼ੀਡੈਂਟ ਹੈਡ ਆਫ ਦਾ ਸਟੇਟ ਸੀਗਾ ਗਵਰਨਰ ਹੈਡ ਆਫ ਦਾ ਸਟੇਟ ਹੈ ਆਪਣਾ ਸੀਐਫ ਚੀਫ ਮਿਨਿਸਟਰ ਪੀਐਮ ਰਾਜ ਹੈਡ ਆਫ ਗਵਰਨਮੈਂਟ ਸੀ ਤਾਂ ਸੀਐਮ ਵੀ ਹੈਡ ਆਫ ਗਵਰਨਮੈਂਟ ਹੈਗਾ ਧਿਆਨ ਦੇਣਾ ਇਹ ਤੋਂ ਹੈਡ ਆਫ ਗਵਰਨਮੈਂਟ ਹੈ ਇੱਥੇ ਹੈਡ ਆਫ ਸਟੇਟ ਹੈਗਾ ਹੈਡ ਆਫ ਸਟੇਟ ਇੱਕ ਨੋਮੀਨਲ ਪੋਜੀਸ਼ਨ ਹੈ ਹੈਡ ਆਫ ਗਵਰਨਮੈਂਟ ਇੱਕ ਅੱਛੀ ਜਿਹੜੀ ਪਾਵਰਫੁਲ ਐਕਚੁਅਲ ਦੇ ਵਿੱਚ ਪੋਜੀਸ਼ਨ ਹੈ ਜਿਵੇਂ ਗੱਲ ਕਰਾਂ ਬੱਚੇ ਯੂਐਸਏ ਦੀ ਅਮਰੀਕਾ ਦੀ ਗੱਲ ਕਰਾਂ ਤਾਂ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਰਾਜੇ ਉਹਨਾਂ ਦਾ ਪ੍ਰੈਜ਼ੀਡੈਂਟ ਦੋਨੋਂ ਹੀ ਚੀਜ਼ਾਂ ਨਹੀਂ ਗਿਆ ਹੈਡ ਆਫ ਅ ਸਟੇ ਤਾਂ ਉਹਨਾਂ ਦਾ ਪ੍ਰੈਜ਼ੀਡੈਂਟ ਐਨਾ ਇੰਪੋਰਟੈਂਟ ਹੈ ਐਨਾ ਪਾਵਰਫੁਲ ਹੈ ਉਹ ਦੋਨੋਂ ਹੀ ਚੀਜ਼ਾਂ ਨਹੀਂ ਹੈ ਹੈੱਡ ਆਫ ਸਟੇਟ ਵੀ ਹੈੱਡ ਆਫ ਗਵਰਨਮੈਂਟ ਵੀ ਠੀਕ ਹੈ ਅਮਰੀਕਾ ਦੀ ਗੱਲ ਕਰ ਰਹਾ ਮੈਂ ਆਪਣੇ ਕੇਸ ਦੇ ਵਿੱਚ ਕੀ ਹੈ ਰਜੇ ਆਪਣੇ ਕੇਸ ਦੇ ਵਿੱਚ ਕੀ ਹੈਗਾ ਜਿਹੜਾ ਪੀਐਮ ਹੈਗਾ ਪੀਐਮ ਤੇ ਹੈੱਡ ਆਫ ਗਵਰਨਮੈਂਟ ਹੈ ਗਵਰਨਮੈਂਟ ਦਾ ਹੈੱਡ ਹੈ ਜਿਹੜਾ ਰਾਜੇ ਪ੍ਰੈਜ਼ੀਡੈਂਟ ਹੈ ਉਹ ਹੈੱਡ ਆਫ ਸਟੇਟ ਹੈਗਾ ਠੀਕ ਹੈ ਆਪਣੇ ਕੇਸ ਦੇ ਵਿੱਚ ਫਰਕ ਹੈ ਨੈਕਸਟ ਬੱਚੇ ਅਪੁਆਇੰਟਮੈਂਟ ਠੀਕ ਹੈ ਹੁਣ ਅਪੁਆਇੰਟਮੈਂਟ ਅਗੇਨ ਦੇਖੋ ਆਰਟੀਕਲ 1664 ਆ ਗਿਆ ਠੀਕ ਹੈ ਆਰਟੀਕਲ 164 ਕੀ ਕਹਿੰਦਾ ਵੀ ਗਵਰਨਰ ਦੁਆਰਾ ਅਪੁਆਇੰਟਮੈਂਟ ਹੋਏਗੀ ਠੀਕ ਹੈ ਅਗੇਨ ਕੌਣ ਕਿਨ ਕੌਣ ਕინ ਨੂੰ ਅਪੁਆਇੰਟ ਕਰੇਗਾ ਗਵਰਨਰ ਮੈਜੋਰਿਟੀ ਪਾਰਟੀ ਦੇ ਲੀਡਰ ਨੂੰ ਠੀਕ ਹੈ ਸਟੇਟ ਅਸੈਂਬਲੀ ਦੇ ਵਿੱਚ ਮੰਨ ਲਓ ਪੰਜਾਬ ਦੀ ਅਸੈਂਬਲੀ ਹੈ ਇਸ ਸਪੀਕਰ ਬੈਠਾ ਹੈ ਠੀਕ ਹੈ ਤਾਂ ਜਿਹੜਾ ਆਪਣਾ ਸਟੇਟ ਦਾ ਗਵਰਨਰ ਹੋਊਗਾ ਬੜਨੋ ਸਾਹਿਬ ਹੋਣਗੇ ਤਾਂ ਉਹ ਕਿਹੜੇ ਕਿਸ ਬੰਦੇ ਨੂੰ ਸੀਐਮ ਬਣਾਉਣਗੇ ਓਬਵੀਅਸਲੀ ਗੱਲ ਹੈ ਜਿਸ ਪਾਰਟੀ ਕੁਲ ਸ ਤਾਂ ਕਾਂਗਰਸ ਕੋਲ 70 ਤੋਂ ਜ਼ਿਆਦਾ ਸੀਟਸ ਹੈਗੀਆਂ ਨਹੀਆਂ ਤਾਂ ਕਾਂਗਰਸ ਦੇ ਜਿਹੜਾ ਲੀਡਰ ਹੈ ਕੈਪਟਨ ਸਾਹਿਬ ਨੇ ਆਪਣੇ ਤਾਂ ਗਵਰਨਰ ਕੈਪਟਨ ਸਾਹਿਬ ਨੂੰ ਬੁਲਾਣਗੇ ਵੀ ਹਾਂ ਜੀ ਆਜੋ ਤੁਹਾਨੂੰ ਸੀਐਮ ਪਦ ਲਈ ਸ਼ਪਤ ਦਵਾਈਏ ਸੌਂਚ ਕਾਈਏ ਠੀਕ ਹੈ ਜੀ ਤਾਂ ਅਗੇਨ ਆਬਵੀਅਸਲੀ ਗੱਲ ਹੈ ਗਵਰਨਰ ਅਪੋਇੰਟ ਕਰਦਾ ਬਟ ਮੈਜੋਰਿਟੀ ਪਾਰਟੀ ਦੇ ਲੀਡਰ ਨੂੰ ਹੀ ਅਪੋਇੰਟ ਕਰਦਾ ਐਵੇਂ ਨਹੀਂ ਕਿਸੇ ਨੂੰ ਵੀ ਕਹਿ ਦੂਗਾ ਆਬਵੀਅਸਲੀ ਗੱਲ ਹੈ ਹੀ ਕੈਨ ਬੀ ਮੈਂਬਰ ਆਫ ਐਨੀ ਟੂ ਹਾਊਸਸ ਜਿਵੇਂ ਸਾਡਾ ਪੀਐਮ ਸੀਗਾ ਅਜੇ ਪੀਐਮ ਚਾਹੇ ਲੋਕ ਸਭਾ ਤੋਂ ਹੋਵੇ ਚਾਹੇ ਰਾਜ ਸਭਾ ਤੋਂ ਵੀ ਹੋ ਸਕਦਾ ਸੀਗਾ ਠੀਕ ਹੈ ਇਸੇ ਹਾਂ ਇਨ ਅ ਸਟੇਟਸ ਦੇ ਵਿੱਚ ਵੀ ਦੋ ਦੋ ਹਾਊਸਸ ਨੇਗੇ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਤਾਂ ਇੱਕੋ ਹੀ ਹਾਊਸ ਹੈ ਚਲੋ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਜਸਟ ਅਸੈਂਬਲੀ ਹੈ ਕਈ ਸਟੇਟਸ ਦੇ ਵਿੱਚ ਅਸੈਂਬਲੀ ਵੀ ਹੈਗੀ ਹੈ ਨਾਲ ਨਾਲ ਕਾਉਂਸਲ ਵੀ ਹੈਗੀ ਹੈ ਠੀਕ ਹੈ ਜਿਵੇਂ ਸੈਂਟਰ ਦੇ ਵਿੱਚ ਦੋ ਹਾਊਸਸ ਨੇ ਉਸੇ ਤਰ੍ਹਾਂ ਸਟੇਟ ਕਈ ਸਟੇਟਸ ਦੇ ਵਿੱਚ ਵੀ ਦੋ ਦੋ ਹਾਊਸਸ ਨੇਗੇ ਠੀਕ ਹੈ ਤਾਂ ਉਹਨਾਂ ਸਟੇਟਸ ਦੇ ਵਿੱਚ ਵੀ ਜਿਹੜਾ ਸੀਐਮ ਹੈਗਾ ਕਿਸੇ ਵੀ ਹਾਊਸ ਤੋਂ ਹੋ ਸਕਦਾ ਹੈ ਰੀਸੈਂਟ ਐਗਜ਼ਾਮਪਲ ਰਜੇ ਮਹਾਰਾਸ਼ਟਰ ਦੀ ਹੈਗੀ ਹੈ ਠੀਕ ਹੈ ਮਹਾਰਾਸ਼ਟਰ ਦੇ ਵਿੱਚ ਵੀ ਜਿਹੜਾ ਕਾਉਂਸਲ ਤੋਂ ਆਪਣਾ ਲੈਜਿਸਲੇਟਰੀ ਕਾਉਂਸਲ ਤੋਂ ਆਪਣਾ ਸੀਐਮ ਬਣੇ ਠੀਕ ਹੈ ਜੀ ਹੁਣ ਦੇਖੋ ਇੱਕ ਚੀਜ਼ ਹੋਰ ਆਪਾਂ ਨੂੰ ਉੱਥੇ ਸਿੱਖਣ ਨੂੰ ਮਿਲੀ ਹੈ ਜਿਵੇਂ ਹੁਣ ਇੱਥੇ 164 ਹੈ ਪਹਿਲਾਂ ਤੁਸੀਂ ਆਰਟੀਕਲ ਕੀ ਪੜ੍ਹਿਆ ਸੀ ਵਿੱਚ ਪੀਐਮ ਦੇ ਵਿੱਚ 75 ਆਰਟੀਕਲ ਪੜ੍ਹਿਆ ਸੀ ਮੈਂ ਤੁਹਾਨੂੰ ਦੁਬਾਰਾ ਲੈ ਕੇ ਚੱਲਦਾ ਆ ਕੀ ਪੜ੍ਹ ਰਹੇ ਆ ਆਪਾਂ ਅਪੁਆਇੰਟਮੈਂਟ ਅਪੁਆਇੰਟਮੈਂਟ ਪੜ੍ਹ ਰਹੇ ਆ ਤੇ ਆਰਟੀਕਲ 164 ਕਹ ਰਿਹਾ ਕਿ ਗਵਰਨਰ ਦੁਆਰਾ ਪਾਇੰਟ ਹੁੰਦਾ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਦਾ ਇੱਥੇ ਕੀ ਹੋ ਰਿਹਾ ਜੀ ਇੱਥੇ ਵੀ ਅਪੁਆਇੰਟਮੈਂਟ ਹੈ ਹੁਣ ਮੈਂ ਪੀਐਮ ਤੇ ਆ ਗਿਆ ਰਜੇ ਪੀਐਮ ਤੇ ਹੈ ਗਿਆ ਤਾਂ ਪੀਐਮ ਦੀ ਅਪੁਆਇੰਟ ਕੀ ਪ੍ਰੈਜ਼ੀਡੈਂਟ ਦੁਆਰਾ ਪੁਆਇੰਟ ਹੁੰਦਾ ਹੈ ਠੀਕ ਹੈ ਹੁਣ ਧਿਆਨ ਦੇਣਾ ਇਸ ਚੀਜ਼ ਤੇ 75 ਯਾਦ ਰੱਖਿਓ ਪਲੀਜ਼ ਇੱਕ ਵਾਰੀ ਠੀਕ ਹੈ ਜੀ ਹੁਣ ਮਤਲਬ ਸੈਂਟਰ ਦੇ ਵਿੱਚ ਜਿਹੜੀ ਚੀਜ਼ 75 ਵਿੱਚ ਲਿਖੀ ਹੋਈ ਸੀ ਉਹੀ ਚੀਜ਼ ਸਟੇਟ ਦੇ ਵਿੱਚ 164 ਦੇ ਵਿੱਚ ਲਿਖੀ ਹੋਈ ਹੈ ਸਮਝ ਆਉਂਦਾ ਆਪ ਨੂੰ ਠੀਕ ਹੈ ਕਿਉਂਕਿ ਇਹ ਵੀ ਚੀਜ਼ ਸੇਮ ਚੀਜ਼ ਹੈ ਨਾ ਉੱਥੇ ਗੱਲ ਸੀ ਕਿ ਪ੍ਰੈਜ਼ੀਡੈਂਟ ਅਪੁਆਇੰਟ ਕਰ ਰਿਹਾ ਸੀਗਾ ਕਿ ਇਹਨੂੰ ਪੀਐਮ ਨੂੰ ਇੱਥੇ ਕੀ ਹੈ ਗਵਰਨਰ ਅਪੁਆਇੰਟ ਕਰ ਰਿਹਾ ਕਿ ਇਹਨੂੰ ਸੀਐਮ ਨੂੰ ਠੀਕ ਹੈ ਤਾਂ ਉੱਥੇ ਆਰਟੀਕਲ 75 ਸੀ ਇੱਥੇ ਆਰਟੀਕਲ 164 ਹੈ ਅਗਰ ਤੁਸੀਂ ਆਬਜ਼ਰਵ ਕਰੋ ਬੱਚੇ ਇਹਦੇ ਵਿੱਚ ਡਿਫਰੈਂਸ ਕਿੰਨਾ ਆ ਰਿਹਾ 89 ਦਾ ਤੁਹਾਨੂੰ ਅਗਰ ਯਾਦ ਹੋਵੇ ਆਪਾਂ ਨੇ ਜਦੋਂ ਗਵਰਨਰ ਦੀਆਂ ਪਾਵਰਸ ਕੀਤੀਆਂ ਨਿਗੀਆਂ ਠੀਕ ਹੈ ਕਿ ਗਵਰਨਰ ਕੋਲੇ ਆਰਟੀਕਲ 200 ਦੇ ਅੰਦਰ ਕਿਹੜੇ ਕਿਹੜੇ ਪਾਵਰਸ ਨੇਗੀਆਂ ਵੀ यस ਕਰ ਸਕਦਾ ਹੈ ਨੋ ਕਰ ਸਕਦਾ ਹੈ ਵਾਪਸ ਭੇਜ ਸਕਦਾ ਹੈ ਜਾਂ ਪ੍ਰੈਜ਼ੀਡੈਂਟ ਕੋਲ ਭੇਜ ਸਕਦਾ ਹੈ ਠੀਕ ਹੈ ਉਹੀ ਚੀਜ਼ ਪ੍ਰੈਜ਼ੀਡੈਂਟ ਕੋਲੇ ਕਿਹੜੀ ਕਿਹੜੇ ਪਾਵਰਸ ਸੀਗੇ ਆਰਟੀਕਲ 111 ਦੇ ਅੰਦਰ ਪ੍ਰੈਜ਼ੀਡੈਂਟ ਕੋਲੇ ਕਿਹੜੀ ਕਿਹੜੇ ਪਾਵਰ ਸੀਗੇ ਇਸ ਕਰ ਸਕਦੇ ਐ ਨੋ ਕਰ ਸਕਦੇ ਐ ਤੇ ਵਾਪਸ ਵੀ ਕਰ ਸਕਦੇ ਐ ਠੀਕ ਐ ਤੇ ਆਪਾਂ ਨੇ ਦੇਖਿਆ ਸੀ ਕਿ ਇਹਦੇ ਵਿੱਚ ਜਿਹੜਾ ਡਿਫਰੈਂਸ ਉਹ 89 ਦਾ ਹੀ ਆ ਰਿਹਾ ਸੀਗਾ ਠੀਕ ਐ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ 89 ਦੀ ਯੂਟਿਲਿਟੀ ਕਾਫੀ ਹੈਗੀ ਐ ਠੀਕ ਐ ਹੁਣ ਇੱਥੇ ਵੀ ਦੇਖੋ ਗੈਪ ਜਿਹੜਾ 89 ਦਾ ਆ ਰਿਹਾ ਠੀਕ ਐ ਮੈਂ ਥੋੜਾ ਹੋਰ ਕਲੈਰਿਟੀ ਕਰਕੇ ਲਿਖਦਾ ਹੁਣ ਆਪਾਂ ਨੇ ਦੇਖ ਲਿਆ ਬੱਚੇ ਆਰਟੀਕਲ 200 ਜਾਂ ਫਿਰ ਆਪਾਂ ਕਰਦੇ ਆ ਆਰਟੀਕਲ 111 89 200 ਇੱਥੇ ਆਪਾਂ ਨੇ ਪੜਿਆ ਰਜੇ ਆਰਟੀਕਲ 75 प्लस +89 164 ਠੀਕ ਹੈ ਇਸੇ ਤਰ੍ਹਾਂ ਬੱਚੀ ਅਗਰ ਹੋਰ ਲਾਇਓ ਤੁਸੀਂ 76 ਵੀ ਇਦਾਂ ਹੀ ਬਣੇਗਾ 77 ਵੀ ਇਦਾਂ ਹੀ ਬਣੇਗਾ 78 ਵੀ ਇਦਾਂ ਹੀ ਬਣੇਗਾ ਠੀਕ ਹੈ ਜੀ ਤਾਂ ਅੱਜ ਜਿਹੜੇ ਪੰਜ ਆਰਟੀਕਲਸ ਐਸੇ ਨੇ ਐਟ ਲੀਸਟ ਹੋਰ ਵੀ ਬੰਦੇ ਨੇ ਬਟ ਐਟ ਲੀਸਟ ਇਹ ਪੰਜ ਆਰਟੀਕਲ ਤਾਂ ਇਦਾਂ ਹੀ ਨੇ ਜਿਨ੍ਹਾਂ ਦਾ ਗੈਪ ਕੀ 89 ਦੇ ਨਾਲ ਆਪਣਾ ਨਵਾਂ ਆਰਟੀਕਲ ਬਣ ਜਾਂਦਾ ਵੀ ਸੈਂਟਰ ਦੇ ਆਰਟੀਕਲ ਦੇ ਵਿੱਚ ਸੈਂਟਰ ਦੇ ਆਰਟੀਕਲ ਦੇ ਵਿੱਚ 89 ਐਡ ਕਰੋਗੇ ਤਾਂ ਤੁਹਾਡਾ ਸਟੇਟ ਦਾ ਆਰਟੀਕਲ ਬਣ ਜਾਊਗਾ ਠੀਕ ਹੈ ਤਾਂ ਇਹ ਚੀਜ਼ ਹੈਗੀ ਐਸ ਚੀਜ਼ ਦੇ ਠੀਕ ਹੈ ਹਾਂ ਇੱਕ ਹੋਰ ਵੀ ਟ੍ਰਿਕ ਹੈਗੀ ਬੱਚੇ ਅਗਰ ਤੁਸੀਂ 89 ਤੁਹਾਨੂੰ ਔਖਾ ਲੱਗਦਾ ਐਡ ਕਰਨਾ ਤੁਸੀਂ ਸਿੰਪਲੀ ਕੀ ਕਰਨਾ ਹੈ ਤੁਸੀਂ 5 ਦੇ ਵਿੱਚੋਂ ਇੱਕ ਘਟਾਓ 4 ਆ ਗਿਆ 7 ਦੇ ਵਿੱਚੋਂ ਇੱਕ ਸਬਟ੍ਰੈਕਟ ਕਰੋ 6 ਆ ਗਿਆ ਤੇ ਇੱਕ ਐਡ ਕਰ ਦਿਓ ਉਸੇ ਤਰ੍ਹਾਂ 6 ਦੇ ਵਿੱਚੋਂ ਇੱਕ ਘਟਾਓ ਰਜੇ 5 ਆ ਜਾਊਗਾ 7 ਦੇ ਵਿੱਚੋਂ ਇੱਕ ਘਟਾਓ 6 ਆ ਜਾਊਗਾ ਇੱਕ ਐਡ ਕਰ ਦਿਓ ਉਸੇ ਤਰ੍ਹਾਂ 7 ਦੇ ਵਿੱਚੋਂ ਇੱਕ ਘਟਾਓ 6 7 ਦੇ ਵਿੱਚੋਂ ਇੱਕ ਸਬਟ੍ਰੈਕਟ ਕਰੋ ਇੱਕ 6 ਇੱਕ ਐਡ ਕਰ ਦਿਓ 8 ਦੇ ਵਿੱਚੋਂ ਇੱਕ ਘਟਾਓ ਰਜੇ 7 7 ਦੇ ਵਿੱਚ ਇੱਕ ਘਟਾਓ 6 ਇੱਕ ਐਡ ਕਰ ਦੋ ਠੀਕ ਹੈ ਤਾਂ ਆਪਣੇ ਆਰਟੀਕਲ ਨਿਕਲ ਕੇ ਆ ਰਹੇ ਨੇਗੇ ਉਸੇ ਤਰ੍ਹਾਂ राजे 1 ਦੇ ਵਿੱਚ ਇੱਕ ਘਟਾਓ 0 1 ਦੇ ਵਿੱਚ ਇੱਕ ਘਟਾਓ 0 ਇੱਕ ਐਡ ਕਰਤਾ 200 ਠੀਕ ਹੈ ਤਾਂ ਇਹ ਚਾਹੇ 89 ਐਡ ਕਰ ਲਓ ਚਾਹੇ ਤੁਸੀਂ ਇਦਾਂ ਟ੍ਰਿਕ ਨਾਲ ਇਹ ਆਰਟੀਕਲ ਲਿਆਓ ਠੀਕ ਹੈ ਤਾਂ ਐਟ ਲੀਸਟ ਇਹ ਪੰਜ ਆਰਟੀਕਲ ਦੇ ਵਿੱਚ ਇਹ ਟ੍ਰਿਕ ਲੱਗਦੀ ਹੈ ਹਰ ਕਿਤੇ ਨਹੀਂ ਲੱਗੂਗੀ ਹਰ ਕਿਤੇ ਡਿਫਰੈਂਟ ਡਿਫਰੈਂਟ ਪੈਟਰਨ ਲੱਗਦਾ ਬਟ ਐਟ ਲੀਸਟ ਇਹਨਾਂ ਪੰਜ ਆਰਟੀਕਲ ਦੇ ਵਿੱਚ ਤਾਂ ਲੱਗਦੀ ਹੀ ਲੱਗਦੀ ਹੈ ਠੀਕ ਹੈ ਜੀ ਚਲੋ ਠੀਕ ਹੈ ਨੈਕਸਟ ਕਰਦੇ ਹਾਂ राजे ਸਕਰੀਨ ਸ਼ਾਟ ਲੈ ਲਓ ਇਹਦਾ ਲੈਣੇ ਮੈਂ ਤੁਹਾਨੂੰ ਹੋਰ ਵੀ ਦੱਸਣਾ ਬੱਚੇ ਜਿਹੜਾ 76 ਦਾ ਆਰਟੀਕਲ ਹੈ ਕਿਹੜਾ ਹੈ ਆਰਟੀਕਲ ਹੈ اٹਾਰਨੀ ਜਨਰਲ ਦਾ ਸੈਂਟਰ ਦੇ ਵਿੱਚ اٹਾਰਨੀ ਜਨਰਲ ਔਰ 165 ਕਾਦਰ ਹੈ ਐਡਵੋਕੇਟ ਜਨਰਲ ਦਾ ਪੜਾਂਗੇ ਆਪਾਂ ਹਾਲੇ ਕੋਈ ਗੱਲ ਨਹੀਂ ਕਨਫਿਊਜ਼ ਨਹੀਂ ਹੋਣਾ ਨਾ ਹੀ ਕੋਈ ਬਾਦਰ ਕਰਨਾ ਇਸ ਚੀਜ਼ ਤੇ ਠੀਕ ਹੈ ਪੜਾਂਗੇ ਹੋਲੀ-ਹੋਲੀ ਪੜਾਂਗੇ ਬਿਲਕੁਲ ਪੇਸ਼ੈਂਸ ਨਾਲ ਪੜਾਂਗੇ ਡੋਨਟ ਵਰੀ ਗੱਲ ਹੈ ਰਹੀ ਹੁਣ ਆਪਾਂ ਸੀਐਮ ਤੇ ਦੁਬਾਰਾ ਆ ਗਏ ਸੀਐਮ ਨੂੰ ਸੌ ਕੌਣ ਚੁਕਾਉਂਦਾ ਰਜੇ ਗਵਰਨਰ ਚੁਕਾਉਂਦਾ ਹੈ ਪੀਐਮ ਨੂੰ ਕੌਣ ਚੁਕਾਉਂਦਾ ਸੀਗਾ ਪ੍ਰੈਜ਼ੀਡੈਂਟ ਚੁਕਾਉਂਦਾ ਸੀਗਾ ਠੀਕ ਹੈ ਕ ਟਰਮ ਅਗੇਨ ਇਹਦੀ ਵੀ ਟਰਮ ਫਿਕਸ ਨਹੀਂ ਹੈਗੀ ਜਿਵੇਂ ਪੀਐਮ ਦੀ ਟਰਮ ਫਿਕਸ ਨਹੀਂ ਉਸੇ ਤਰ੍ਹਾਂ ਸੀਐਮ ਦੀ ਟਰਮ ਵੀ ਫਿਕਸ ਨਹੀਂ ਹੈਗੀ ਬਿਕਾ ਸਿਸਟਮ ਤਾਂ ਸੇਮ ਹੀ ਹੈ ਨਾ ਚਾਹੇ ਗਵਰਨਮੈਂਟ ਦਾ ਫਰਕ ਹੈ ਪੈ ਗਿਆ ਲੈਵਲ ਦਾ ਫਰਕ ਪੈ ਗਿਆ ਬਟ ਸਿਸਟਮ ਤਾਂ ਉਹੀ ਚੱਲ ਰਿਹਾ ਆਪਣਾ ਠੀਕ ਹੈ ਹੁਣ ਇਹਨੂੰ ਵੀ ਕਹਾਂਗੇ ਆਪਾਂ ਪਲੇਜ਼ਰ ਆਫ ਗਵਰਨਰ ਪਹਿਲਾਂ ਕੀ ਸੀ ਪਲੇਜ਼ਰ ਆਫ ਪ੍ਰੈਜ਼ੀਡੈਂਟ ਠੀਕ ਹੈ ਕਿਹਦੇ ਕੇਸ ਦੇ ਵਿੱਚ ਪੀਐਮ ਦੇ ਕੇਸ ਦੇ ਵਿੱਚ ਅਗੇਨ ਮਤਲਬ ਜੋ ਤੱਕ ਮੈਜੋਰਟੀ ਸਪੋਰਟ ਹੈਗੀ ਹੈ ਹਾਊਸ ਦੇ ਵਿੱਚ ਕੈਪਟਨ ਸਾਹਿਬ ਤੱਕ ਜੋ ਤੱਕ ਕਾਂਗਰਸੀ ਸਪੋਰਟ ਹੈਗੀ ਹੈ ਜੋ ਤੱਕ ਸਿੱਧੂ ਕੀ ਹੈ ਪੰਗਾ ਨਹੀਂ ਪੰਦਾ ਕੋਈ ਉਦੋਂ ਤੱਕ ਐਟ ਲੀਸਟ ਕੀ ਹੈ ਮੈਜੋਰਟੀ ਸਪੋਰਟ ਹੈਗੀ ਹੈ ਔਰ ਸੀਐਮ ਬਣਿਆ ਰਹੂਗਾ ਜੇ ਮੰਨ ਲਓ ਕਹਿੰਦੇ ਸਿੱਧੂ ਸਾਹਿਬ ਨੇ ਕੀ ਕੀਤਾ ਵੀ ਅੱਧੇ ਕਾਂਗਰਸ ਦੇ ਅੱਜ ਜਿਹੜੇ ਐਮਐਲਏ ਸੀ ਆਪਣੇ ਕੰਨੀ ਕਰ ਲਏ ਤੇ ਸਪੋਰਟ ਵਾਪਸ ਲੈ ਲਈ ਮੰਨ ਲਓ ਠੀਕ ਹੈ ਡਿਫੈਕਟ ਕਰ ਗਏ ਕੁਝ ਵੀ ਕਰ ਗਏ ਤਾਂ ਉਦੋਂ ਉਸ ਉਸ ਕੇਸ ਦੇ ਵਿੱਚ ਜੇ ਆਪਣੇ 117/2 ਠੀਕ ਹੈ 55 ਮੈਂਬਰਸ ਹੋਰ ਘਟ ਕੇ ਹੁੰਦੇ ਨੇ ਜਿ ਜਿੰਨੇ ਵੀ ਬਣਦੇ ਨੇ 50 50% ਜਿੰਨੇ ਵੀ ਬਣਦੇ ਨੇ ਤਾਂ ਅਗਰ 50% ਤੋਂ ਘਟ ਗਈ ਸਟਰੈਂਥ ਕੈਪਟਨ ਸਾਹਿਬ ਕੋਲੇ ਤਾਂ ਉਸ ਟਾਈਮ ਤੇ ਸੀਐਮ ਸਾਹਿਬ ਨੂੰ ਆਪਣੇ ਕੈਪਟਨ ਸਾਹਿਬ ਨੂੰ ਇਸਤੀਫਾ ਦੇਣਾ ਪਊਗਾ ਠੀਕ ਹੈ ਜੀ ਤਾਂ ਜਦੋਂ ਤੱਕ ਮੈਜੋਰਿਟੀ ਸਪੋਰਟ ਹੈਗੀ ਉਦੋਂ ਤੱਕ ਉਹ ਸੀਐਮ ਬਣਿਆ ਰਹੂਗਾ ਠੀਕ ਹੈ ਜੀ ਬਟ ਸਟਿਲ ਟਰਮ ਆਪਾਂ ਕਹਾਂਗੇ ਟਰਮ ਫਿਕਸ ਨਹੀਂ ਹੈਗੀ ਠੀਕ ਹੈ ਨਾ ਹੀ ਪੀਐਮ ਦੀ ਨਾ ਹੀ ਸੀਐਮ ਦੀ ਪਾਵਰਸ ਅਗੇਨ ਪੜ੍ਹਦੇ ਰਹ ਜੀ ਉਸੇ ਪੈਟਰਨ ਦੇ ਨਾਲ ਪੜਾਂਗੇ ਆਪਾਂ ਚਾਰ ਹੈੱਡ ਇਹੀ ਕੀਤੇ ਸੀ ਆਪਣੇ ਪਾਵਰਸ ਵਾਸਤੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਸੇਮ ਜੀ ਬਿਲਕੁਲ ਸੇਮ ਵਰਡਿੰਗ ਹੈ ਰਜੇ ਹੁਣ ਜਦੋਂ ਮੰਤਰੀ ਮੰਡਲ ਦੇ ਹਿਸਾਬ ਦੇ ਨਾਲ ਆਪਾਂ ਪਾਵਰਸ ਦੀ ਗੱਲ ਕਰਦੇ ਹਾਂ ਕੀ ਮੰਤਰੀ ਮੰਡਲ ਦਾ ਹੈੱਡ ਹੈਗਾ ਜਿਵੇਂ ਸਾਡਾ ਪੀਐਮ ਹੈੱਡ ਸੀਗਾ ਮੰਤਰੀ ਮੰਡਲ ਦਾ ਠੀਕ ਹੈ ਪੀਐਮ ਇੱਥੇ ਬੈਠਦਾ ਸੀ ਉਸੇ ਤਰ੍ਹਾਂ ਹੁਣ ਸੀਐਮ ਬਟੂਗਾ ਇੱਥੇ ਕੀ ਹੈ ਕਾਉਂਸਲਰ ਮਿਨਿਸਟਰ ਹੈਗੀ ਠੀਕ ਹੈ ਇੱਥੇ ਹੈਲਥ ਮਿਨਿਸਟਰ ਬੈਠਾ ਹੈ ਤੇ ਫైనాన్స్ ਮਿਨਿਸਟਰ ਬੈਠੇ ਨੇ ਬਾਦਲ ਸਾਹਿਬ ਬੈਠੇ ਨੇ ਮੰਤਰੀ ਬਾ ਠੀਕ ਹੈ ਸੇਮ ਪੈਟਰਨ ਹੈ ਬਿਲਕੁਲ ਹੁਣ ਜਿਵੇਂ ਪਹਿਲਾਂ राजे ਪੀਐਮ ਦੀ ਰੈਜ਼ੀਗਨੇਸ਼ਨ ਸਾਰੇ ਕਾਉਂਸਲ ਆਫ ਮਿਨਿਸਟਰ ਨੂੰ ਖਤਮ ਕਰਦੀ ਸੀ ਉਸੇ ਤਰ੍ਹਾਂ ਹੁਣ ਸੀਐਮ ਦੀ ਰੈਜ਼ੀਗਨੇਸ਼ਨ ਸਾਰੇ ਕਾਉਂਸਲ ਆਫ ਮਿਨਿਸਟਰ ਨੂੰ ਖਤਮ ਹੋ ਜਾਂਦੀ ਹੈ ਜਿਹੜਾ ਸਾਰਾ ਸਾਰਾ ਮੰਤਰੀ ਮੰਡਲ ਹੈ ਸੀਐਮ ਤੋਂ ਹੀ ਸ਼ੁਰੂ ਹੁੰਦਾ ਹੈ ਸੀਐਮ ਦੇ ਉੱਪਰ ਹੀ ਖਤਮ ਹੋ ਜਾਂਦਾ ਹੈ ਅਗਰ ਸੀਐਮ ਨਹੀਂ ਤਾਂ ਸੀਓਐਮ ਵੀ ਨਹੀਂ ਠੀਕ ਹੈ ਅਗਰ ਮੁੱਖ ਮੰਤਰੀ ਨਹੀਂ ਹੈਗਾ ਤਾਂ ਮੰਤਰੀ ਮੰਡਲ ਵੀ ਨਹੀਂ ਹੈਗਾ ਠੀਕ ਹੈ ਅਗਰ ਮੁੱਖ ਮੰਤਰੀ ਦੀ ਡੈਥ ਹੋ ਜਾਂਦੀ ਹੈ ਜਾਂ ਮੁੱਖ ਮੰਤਰੀ ਰਿਜ਼ਾਈਨ ਕਰ ਜਾਂਦੇ ਨੇ ਤਾਂ ਇਟ ਆਟੋਮੈਟਿਕਲੀ ਡਿਸਾਲਵਸ ਹੋਲ ਆਫ ਦਾ ਕਾਉਂਸਲ ਆਫ ਮਿ ਠੀਕ ਹੈ ਜੀ ਉਹਨਾਂ ਨੂੰ ਕੋਈ ਅਲੱਗ ਤੋਂ ਇਸਤਫਾ ਦੇਣ ਦੀ ਲੋੜ ਨਹੀਂ ਹੈਗੀ ਮੰਨ ਲਓ ਮੰਨ ਲਓ ਸੀਐਮ ਨੇ ਇਸਤਫਾ ਦਿੱਤਾ ਠੀਕ ਹੈ ਹੁਣ ਸਾਰੇ ਮੰਤਰੀਆਂ ਨੂੰ ਇਸਤਫਾ ਦੇਣ ਦੀ ਲੋੜ ਨਹੀਂ ਹੈਗੀ ਉਹ ਆਟੋਮੈਟਿਕਲੀ ਡਿਸੋਲਵ ਹੋ ਗਏ ਜਦੋਂ ਸੀਐਮ ਨੇ ਹੀ ਇਸਤਫਾ ਦਿੱਤਾ ਉਹਨਾਂ ਦੇ ਬੋਸ ਨੇ ਹੀ ਇਸਤਫਾ ਦਿੱਤਾ ਫਿਰ ਉਹਨਾਂ ਦਾ ਆਪਦਾ ਕੋਈ ਵਜੂਦ ਨਹੀਂ ਹੈਗਾ ਹੋਰ ਗੱਲ ਕਰਦੇ ਆ ਗਵਰਨਰ ਦੇ ਏਵਸ ਦੇ ਵਿੱਚ ਕਿਹੜੇ ਕਿਹੜੇ ਪਾਵਰਸ ਨੇ ਰਜੇ ਅਗੇਨ ਹੀ ਇਜ਼ ਅ ਪ੍ਰਿੰਸੀਪਲ ਚੈਨਲ ਆਫ ਕਮਿਊਨੀਕੇਸ਼ਨ ਠੀਕ ਹੈ ਜਿਵੇਂ ਆਪਾਂ ਨੇ ਪਹਿਲਾਂ ਕਿਹਾ ਸੀ ਕਾਉਂਸਲ ਆਫ ਮਿਨਿਸਟਰ ਤੇ ਪ੍ਰੈਜ਼ੀਡੈਂਟ ਵਿਚਾਲੇ ਕੋਮ ਸੀ ਪੀਐਮ ਉਸੇ ਤ ਤੇ ਵਿਚਾਲੇ ਕੋਣਾ ਰਜੇ ਸੀਐਮ ਠੀਕ ਹੈ ਸੇਮ ਪੈਟਰਨ ਹੈ ਬਿਲਕੁਲ ਕੋਈ ਵੀ ਅਗਰ ਕਾਉਂਸਲ ਆਫ ਮਿਨਿਸਟਰ ਦਾ ਡਿਸੀਜਨ ਹੈਗਾ ਉਹ ਸੀਐਮ ਗਵਰਨਰ ਨੂੰ ਦਿੰਦਾ ਹੈ ਜਾਂ ਗਵਰਨਰ ਕੋਈ ਵੀ ਇਨਫੋਰਮੇਸ਼ਨ ਮੰਗਦੇ ਨੇ ਤਾਂ ਉਹ ਵੀ ਸੀਐਮ ਗਵਰਨਰ ਨੂੰ ਦੇਣਗੇ ਠੀਕ ਹੈ ਜੀ ਅਗੇਨ ਰਜੇ ਗਵਰਨਰ ਕੁਝ ਅਪੁਆਇੰਟਮੈਂਟਸ ਕਰਦਾ ਕਿਹੜੇ-ਕਿਹੜੀਆਂ ਜਿਵੇਂ ਐਡਵੋਕੇਟ ਜਨਰਲ ਦੀਆਂ ਆਪਾਂ ਹੋਣੀ ਪੜਿਆ ਆਰਟੀਕਲ 165 ਠੀਕ ਹੈ ਐਸ ਪੀ ਐਸ ਸੀ ਦੇ ਮੈਂਬਰਸ ਸਟੇਟ ਇਲੈਕਸ਼ਨ ਕਮਿਸ਼ਨ ਦੇ ਮੈਂਬਰਸ ਇਹਨਾਂ ਦੀ ਅਪੁਆਇੰਟਮੈਂਟ ਕੌਣ ਕਰਦਾ ਹੈ ਗਵਰਨਰ ਸਾਬ ਕਰਦੇ ਨੇ ਆਪਾਂ ਨੂੰ ਪਤਾ ਹੈ ਬਟ ਅਗੇਨ ਇਹਨਾਂ ਨੂੰ ਐਡਵਾਈਸ ਕੌਣ ਕਰੂਗਾ ਪੀਐਮ ਐਡਵਾਈਸ ਕਰੂਗਾ ਠੀਕ ਹੈ ਤਾਂ ਇਹ ਵੀ ਇੱਕ ਪੀਐਮ ਦੀ ਪਾਵਰ ਹੈ ਗਵਰਨਰ ਦੇ ਅਗੇਂਸਟ ਠੀਕ ਹੈ ਕਿ ਪੀਐਮ ਸਾਰੀਆਂ ਐਡਵਾਈਸ ਕਰ ਦਿੰਦੇ ਨੇ ਗਵਰਨਰ ਨੂੰ ਇਹਨਾਂ ਅਪੁਆਇੰਟਮੈਂਟਸ ਬਾਰੇ ਠੀਕ ਹੈ ਸੇਮ ਚੀਜ਼ ਆਪਣੇ ਪੀਐਮ ਦੇ ਵਿੱਚ ਕੀਤੀ ਸੀ ਸੋਰੀ ਸੀਐਮ ਤੇ ਸੀਐਮ ਸੋਰੀ 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 ਸੀਐਮ ਸੀਐਮ ਐਡਵਾਈਸ ਕਰੂਗਾ ਸੇਮ ਚੀਜ਼ ਆਪਣੇ ਪੀਐਮ ਦੇ ਵਿੱਚ ਕੀਤੀ ਹੈਗੀ ਠੀਕ ਹੈ ਜੀ ਕਿ ਪੀਐਮ ਐਡਵਾਈਸ ਕਰਦਾ ਕਿਹਨੂੰ ਕਰਦਾ ਪ੍ਰੈਜ਼ੀਡੈਂਟ ਨੂੰ ਕਰਦਾ ਗਵਰਨਰ ਐਡਵਾਈਸ ਕੌਣ ਕਰੂਗਾ ਸੀਐਮ ਕਰੂਗਾ ਇਨ ਅ ਰਿਲੇਸ਼ਨ ਟੂ ਸਟੇਟ ਲੈਜਿਸਲੇਚਰ ਪੰਜਾਬ ਦੀ ਅਸੈਂਬਲੀ ਦੀ ਅਪ ਗੱਲ ਕਰੀਏ ਜੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਕੀ ਹੋਊਗਾ ਕੈਪਟਨ ਸਾਹਿਬ ਦੀ ਪਾਵਰਸ ਪਹਿਲੀ ਗੱਲ ਤਾਂ ਲੀਡਰ ਆਫ ਦਾ ਹਾਊਸ ਹੈ ਸਮਝ ਆ ਜਾਂਦਾ ਆਪਾਂ ਨੂੰ ਦੂਸਰਾ ਤਾਂ ਜੇ ਹੀ ਕੈਨ ਰეკਮੈਂਡ ਡਿਸੋਲੂਸ਼ਨ ਆਫ ਲੈਜਿਸਲੇਟਿਵ ਅਸੈਂਬਲੀ ਕੱਲ ਨੂੰ ਜਿਹੜਾ ਕਿ ਅਸੈਂਬਲੀ ਭੰਗ ਕਰਨੀ ਪੈਗੀ ਤਾਂ ਕੈਪਟਨ ਸਾਹਿਬ ਕੀ ਕਰ ਸਕਦੇ ਨੇ ਗਵਰਨਰ ਸਾਹਿਬ ਨੂੰ ਰეკਮੈਂਡ ਕਰ ਸਕਦੇ ਨੇ ਕਿ ਸਰ ਇਸ ਹਾਊਸ ਨੂੰ ਤੁਸੀਂ ਡਿਸੋਲਵ ਕਰ ਦਿਓ ਠੀਕ ਹੈ ਅਲਟੀਮੇਟਲੀ ਡਿਸੋਲਵ ਕਿਹਨੇ ਕਰਨਾ ਬੱਚੇ ਗਵਰਨਰ ਨੇ ਜੇ ਤੁਹਾਨੂੰ ਕੁਐਸਚਨ ਆਉਂਦਾ ਹੈ ਕੀ ਪੰਜਾਬ ਦੀ ਅਸੈਂਬਲੀ ਨੂੰ ਕੌਣ ਡਿਸੋਲਵ ਕਰ ਸਕਦਾ ਹੈ ਤਾਂ ਤੁਹਾਡਾ ਆਨਸਰ ਡੈਫੀਨਿਟਲੀ ਬਟਨ ਰੋਸ ਸਰ ਹੋਊਗਾ ਗਵਰਨਰ ਸਾਹਿਬ ਹੋਊਗਾ ਠੀਕ ਹੈ ਸੀਐਮ ਨਹੀਂ ਕਰਨਾ ਹੈਗਾ ਕਿਉਂਕਿ ਡਿਸੋਲਵ ਤਾਂ ਗਵਰਨਰ ਨੇ ਹੀ ਕਰਨਾ ਹੈਗਾ ਠੀਕ ਹੈ ਸੀਐਮ ਰეკਮੈਂਡ ਕਰ ਸਕਦਾ ਹੈਗਾ ਸੀਐਮ ਕੈਨ ਰეკਮੈਂਡ ਫੋਰ ਡਿਸੋਲੂਸ਼ਨ ਬਟ ਅਲਟੀਮੇਟਲੀ ਜਿਹੜੇ ਡਿਸੋਲੂਸ਼ਨ ਕਰਨੀ ਹੈ ਉਹ ਗਵਰਨਰ ਸਾਹਿਬ ਨਹੀਂ ਕਰਨੀ ਹੈ ਠੀਕ ਹੈ ਤਾਂ ਆਨਸਰ ਆਪਣਾ ਗਵਰਨਰ ਆਊਗਾ ਅਗਰ ਕੁਐਸਚਨ ਆਉਂਦਾ ਹੈ ਕਿ ਹੂ ਕੈਨ ਡਿਸੋਲਵ ਦਾ ਅਸੈਂਬਲੀ ਠੀਕ ਹੈ ਜੇ ਆਪਾਂ ਨੂੰ ਕੁਐਸਚਨ ਆਉਂਦਾ ਹੂ ਕੈਨ ਡਿਸੋਲਵ ਹੂ ਕੈਨ ਡਿਸੋਲ ਲੋਕਸਭਾ ਨੂੰ ਕੌਣ ਡਿਜ਼ੋਲ ਕਰ ਸਕਦਾ ਤਾਂ ਆਪਣਾ ਅਨਸਰ ਆਊਗਾ ਜੀ ਪ੍ਰੈਜ਼ੀਡੈਂਟ ਠੀਕ ਹੈ ਬਟ ਅਗੇਨ ਪ੍ਰੈਜ਼ੀਡੈਂਟ ਨੂੰ ਵੀ ਕੌਣ ਰეკਮੈਂਡ ਕਰਦਾ ਪੀਐਮ ਕਰਦਾ ਹੈਗਾ ਠੀਕ ਹੈ ਜੀ ਚਲ ਹੋਰ ਪਾਵਰਸ ਨੇ ਰਜੇ ਦੇਖੋ ਹੀ ਐਕਸੈਸ ভাইস ਚੇਅਰਮੈਨ ਆਫ ਜ਼ੋਨਲ ਕਾਉਂਸਲ ਠੀਕ ਹੈ ਆਪਾਂ ਪੜਾਂਗੇ ਬੱਚੇ ਜ਼ੋਨਲ ਕਾਉਂਸਲ ਕੀ ਹੁੰਦਾ ਹੈ ਜਦੋਂ ਆਪਾਂ ਇੰਟਰ ਸਟੇਟ ਇੰਟਰ ਸਟੇਟ ਵਾਲਾ ਜਾਂ ਸੈਂਟਰ ਸਟੇਟ ਵਾਲਾ ਚੈਪਟਰ ਪੜਾਂਗੇ ਉਦੋਂ ਪੜਾਂਗੇ ਕਿ ਜ਼ੋਨਲ ਕਾਉਂਸਲ ਕੀ ਹੁੰਦਾ ਹੈ ਠੀਕ ਹੈ ਤਾਂ ਬਟ ਤੁਸੀਂ ਇੱਥੇ ਯਾਦ ਕਰ ਲਓ ਜਿਹੜਾ ਪੀਐਮ ਹੈਗਾ ਪੀਐਮ ਇਨ ਅ ਜ਼ੋਨਲ ਕਾਉਂਸਲ ਦਾ ਚੇਅਰਮੈਨ ਹੁੰਦਾ ਹੈਗਾ ਠੀਕ ਹੈ ਚਲੋ ਆਪਾਂ ਬਾਅਦ ਦੇ ਵਿੱਚ ਕਰਾਂਗੇ ਫਿਲਹਾਲ ਲਈ ਤੁਸੀਂ ਇੱਕ ਵਾਰੀ ਯਾਦ ਕਰ ਲਓ ਕਿ ਪੀਐਮ ਜਿਹੜਾ ਵਾਈਸ ਚੇਅਰਮੈਨ ਹੁੰਦਾ ਹੈ ਇਨ ਅ ਜ਼ੋਨਲ ਕਾਉਂਸਲ ਦਾ ਦੇਖਾਂਗੇ ਥੋੜਾ ਜਿਹਾ ਇਹਨੂੰ ਹਲੇ ਪੈਂਡਿੰਗ ਰੱਖ ਲਓ ਤੁਸੀਂ ਮੈਂਬਰ ਆਫ ਇੰਟਰਸਟੇਟ ਕਾਉਂਸਲ ਜਿਹੜਾ ਸਾਡਾ ਸੀਐਮ ਹੈਗਾ ਮੁੱਖ ਮੰਤਰੀ ਹੈਗਾ ਉਹ ਇੰਟਰਸਟੇਟ ਕਾਉਂਸਲ ਦਾ ਮੈਂਬਰ ਹੈ ਦੇਖੋ ਆਪਣੇ ਪੀਐਮ ਵਾਲੇ ਚੀਜ਼ ਦੇ ਵਿੱਚ ਕੀਤਾ ਸੀਗਾ ਕਿ ਆਰਟੀਕਲ 263 ਤੁਹਾਨੂੰ ਯਾਦ ਹੋਣਾ ਹੁਣੀ ਆਪਾਂ ਪੜ੍ਹ ਗਏ ਅਜਸਟ ਏਸੀ ਵੀਡੀਓ ਦੇ ਵਿੱਚ ਕਿ ਆਰਟੀਕਲ 263 ਸੀ ਇ ਇਹ ਇੰਟਰਸਟੇਟ ਕੌਂਸਲ ਦਾ ਜਿਹਨਾਂ ਨਾਮ ਤੋਂ ਹੀ ਪਤਾ ਲੱਗ ਰਿਹਾ ਵੀ ਆਪਸ ਵਿੱਚ ਜਿਹੜੀਆਂ ਸਾਰੀਆਂ ਸਟੇਟਸ ਇਕੱਠੇ ਹੋ ਕੇ ਗੱਲਬਾਤ ਕਰਦੇ ਆ ਠੀਕ ਹੈ ਕੋਈ ਸਲਾਹ ਮਸ਼ਵਰਾ ਕਰਨਾ ਕੋਈ ਡਿਬੇਟ ਕਰਨੀ ਕੋਈ ਗੱਲਬਾਤ ਕਰਨੀ ਆ ਤਾਂ ਸਾਰੀਆਂ ਸਟੇਟਸ ਇਕੱਠੀਆਂ ਹੋ ਕੇ ਇਤੇ ਇੰਟਰਸਟੇਟ ਕੌਂਸਲ ਆਪਣੇ ਕੋਲ ਇੱਕ ਫੋਰਮ ਹੈਗਾ ਇੱਕ ਪਲੇਟਫਾਰਮ ਹੈਗਾ ਜਿੱਥੇ ਸਾਰੀਆਂ ਸਟੇਟਸ ਇਕੱਠੀਆਂ ਹੋ ਜਾਂਦੀਆਂ ਨੇ ਸਟੇਟਸ ਵੀ ਔਰ ਸੈਂਟਰ ਵੀ ਠੀਕ ਹੈ ਤਾਂ ਜਿਹੜਾ ਇਹ ਸਾਰੀ ਸਾਰੀ ਇੰਟਰਸਟੇਟ ਕੌਂਸਲ ਹੈ ਜੇ ਮੈਂ ਇਸ ਚੱਕ ਗੋਲ ਚੱਕਰ ਨੂੰ ਇੰਟਰਸਟੇਟ ਕੌਂਸਲ ਕਹਿ ਰਿਹਾ ਤਾਂ ਇੱਥੇ ਸਾਰੇ ਸੀਐਮ ਬੈਠੇ ਨੇ ਤੇ ਉੱਪਰ ਬੈਠਾ ਰਹੇ ਪੀਐਮ ਠੀਕ ਹੈ ਤਾਂ ਪੀਐਮ ਤਾਂ ਇਸ ਬੋਡੀ ਦਾ ਇਸ ਕਾਉਂਸਲ ਦਾ ਕੀ ਹੋਊਗਾ ਚੇਅਰਮੈਨ ਹੋਊਗਾ ਹੈੱਡ ਹੋਊਗਾ ਔਰ ਸਾਰੇ ਦੇ ਸਾਰੇ ਸੀਐਮ ਇਨਕਲੂਡਿੰਗ आवर ਪੰਜਾਬ ਦਾ ਸੀਐਮ ਦੇ ਵਿਲ ਬੀ ਮੈਂਬਰਸ ਆਫ ਠੀਕ ਹੈ ਤਾਂ ਇਹ ਸੀਐਮ ਦੀ ਪਾਵਰ ਹੈ ਕਿ ਇਸ ਬੋਡੀ ਦਾ ਇਸ ਫੋਰਮ ਦਾ ਪਲੇਟਫਾਰਮ ਦਾ ਆਪਣਾ ਸੀਐਮ ਮੈਂਬਰ ਹੈਗਾ ਠੀਕ ਹੈ ਜੀ ਅਗੇਨ ਕਿਉਂਕਿ ਸਰਕਾਰ ਹੀ ਹੈਗੀ ਹੈ ਸੀਐਮ ਮਤਲਬ ਸਰਕਾਰ ਸਰਕਾਰ ਮਤਲਬ ਸੀਐਮ ਤਾਂ ਸਰਕਾਰ ਦਾ ਚੀਫ ਸਪੋਕਸਮੈਨ ਹੈ ਜਿਵੇਂ ਆਪਾਂ ਨੇ ਪੀਐਮ ਦੇ ਵਿੱਚ ਕਿਹਾ ਸੀ ਹੁਣ ਇਹ ਫਰੇਜ਼ ਵੀ ਕੀਤਾ ਸੀ ਕਿ ਹੀ ਇਜ਼ ਪੋਲੀਟੀਕਲ ਹੈਡ ਆਫ ਸਰਵਿਸਿਜ਼ ਇਹ ਆਪਣੇ ਪੀਐਮ ਵਾਲੇ ਵੀ ਕੀਤਾ ਸੀ ਤਾਂ ਪੀਐਮ ਤੇ ਸੀਐਮ ਦੇ ਆਰ ਬੋਥ ਪੋਲੀਟੀਕਲ ਹੈਡ ਆਫ ਆਰ ਦੇਰ ਆਰ ਰਿਸਪੈਕਟਿਵ ਸਰਵਿਸਿਜ਼ ਠੀਕ ਹੈ ਬੱਚੇ ਇਹ ਦੋਖੋ ਦੋਨੇ ਆਪਣੇ ਚੈਪਟਰ ਪੀਐਮ ਤੇ ਸੀਐਮ ਬੜਾ ਬਿਲਕੁਲ ਆਪਣੇ ਨਾਲ ਨਾਲ ਪੈਰਲਲ ਕਰ ਲਿਆ ਔਰ ਬੜਾ ਹੀ ਈਜ਼ੀ ਹੈਗਾ ਯਾਦ ਕਰਨਾ ਐਦਾਂ ਲੱਗਦਾ ਵੀ ਆਪਾਂ ਇੱਕ ਚੈਪਟਰ ਦੀ ਰਿਵੀਜ਼ਨ ਕਰ ਰਹੇ ਆ ਠੀਕ ਹੈ ਸੀਐਮ ਦਾ ਚੈਪਟਰ ਪੜ੍ਹਦੇ ਹੋਏ ਐਦਾਂ ਲੱਗਿਆ ਜਿਵੇਂ ਪੀਐਮ ਦੀ ਰਿਵੀਜ਼ਨ ਕਰ ਰਹੇ ਆ ਆਪਾਂ ਠੀਕ ਹੈ ਤਾਂ ਬਿਲਕੁਲ ਸੇਮ ਚੀਜ਼ਾਂ ਨੇ ਰਹੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਨੈਕਸਟ ਹੁਣ ਪਲੀਜ਼ ਨੋਟ ਮੇਕਿੰਗ ਜ਼ਰੂਰ ਕਰ ਲੋ ਔਰ ਰਿਵਾਈਜ਼ ਕਰਕੇ ਆਇਆ ਕਰੋ ਠੀਕ ਹੈ ਜਲਦਬਾਜ਼ੀ ਨਹੀਂ ਕਰਨੀ ਵੀ ਇੱਕੋ ਦਿਨ ਚ ਆਪਾਂ ਸਾਰੀਆਂ ਵੀਡੀਓਜ਼ ਦੇਖ ਲੀਆਂ ਹੌਲੀ ਹੌਲੀ ਰਿਵਾਈਜ਼ ਕਰਕੇ ਫੇਰ ਦੇਖੋ ਫੇਰ ਛੁੜੀ ਜਿਹੜੀ ਕੀ ਹੈ ਆਰਗੇਨਿਕਲੀ ਬਿਲਡ ਅਪ ਹੋ ਗਿਆ ਜਿਹੜੇ ਫੈਕਟਸ ਨੇ ਜਿਹੜੇ ਹਨਾ ਚੀਜ਼ਾਂ ਨੇ ਚੀਜ਼ਾਂ ਨੇ ਗੀਆਂ ਕਨਸੈਪਟਸ ਨੇ ਆਰਗੇਨਿਕਲੀ ਬਿਲਡ ਅਪ ਕਰਨ ਦੀ ਕੋਸ਼ਿਸ਼ ਕਰੋ ਠੋਸਨ ਦੀ ਕੋਸ਼ਿਸ਼ ਨਾ ਕਰਿਓ ਵੀ ਇੱਕੇ ਦਿਨ ਚੋਂ ਸਾਰਾ ਕੁਝ ਮੈਂ ਠੋਸ ਲਾਉਂਦੇ ਦਿਮਾਗ ਚ ਨਹੀਂ ਉਦੋਂ ਨਹੀਂ ਬਿਲਕੁਲ ਗ੍ਰੈਜੂਅਲੀ ਹੌਲੀ ਹੌਲੀ ਸਟੈਪ ਬਾਈ ਸਟੈਪ ਠੀਕ ਹੈ ਜੀ ਚਲੋ ਬੱਚੇ ਮਿਲਦੇ ਆ नेक्स्ट ਸੈਸ਼ਨ ਦੇ ਵਿੱਚ ਨੈਕਸਟ ਲੈਸਨ ਦੇ ਵਿੱਚ ਆਪਾਂ ਕਰਾਂਗੇ ਕਾਉਂਸਲ ਆਫ ਮਿਨਿਸਟਰ ਠੀਕ ਹੈ ਮੰਤਰੀ ਮੰਡਲ ਉਹਨਾਂ ਨੈਕਸਟ ਸੈਸ਼ਨ ਵੀ ਆਪਾਂ ਮਿਕਸ ਕਰਾਂਗੇ ਆ ਸੈਂਟਰ ਦਾ ਮੰਤਰੀ ਮੰਡਲ ਤੇ ਸਟੇਟ ਦਾ ਮੰਤਰੀ ਮੰਡਲ ਦੋਨੇ ਇੱਕ ਇੱਕੋ ਵੀਡੀਓ ਦੇ ਵਿੱਚ ਕਰ ਲਾਂਗੇ ਬਿਕਾਜ਼ ਅਗੇਨ ਇੱਥੇ ਵਿੱਚ ਵੀ ਕਾਫੀ ਸਿਮਿਲੈਰਿਟੀਆਂ ਨੇ ਠੀਕ ਹੈ ਬੱਚੇ ਮਿਲਦੇ ਆ ਨੈਕਸਟ ਵੀ ਟੇਕ ਕੇਅਰ